ਉਹ ਫੋਟੋ ਵਾਲਾ ਦੌਰ ਕਿਤੇ ਆਉਂਦਾ ਜਦੋਂ ਇੱਕ ਛਤਰੀ ਇੰਦਰਜੀਤ ਨਿੱਕੂ ਦੇ ਫੜੀ ਹੁੰਦੀ ਸੀ ਇੱਕ ਛਤਰੀ ਰਵਿੰਦਰ ਗਰੇਵਾਲ ਨੇ ਫੜੀ ਹੁੰਦੀ ਸੀ ਤੁਸੀਂ ਵਿਚਾਲੇ ਬੈਠੇ ਹੁੰਦੇ ਸੀ ਉਹ ਫੋਟੋਆਂ ਅਖਬਾਰਾਂ ਦੇ ਵਿੱਚ ਛਪਦੀਆਂ ਹੁੰਦੀਆਂ ਸੀ ਤਿੰਨਾਂ ਦੀ ਬਣਦੀ ਬਹੁਤ ਸੀ ਹੁਣ ਤਾਂ ਹੋ ਕਿਸੇ ਨੂੰ ਦੇਖ ਕੇ ਰਾਜ਼ੀ ਨਹੀਂ ਮੈਂ ਪ੍ਰੋਗਰਾਮ ਛੱਡ ਦਿੰਦਾ ਸੀ ਪਰ ਮੈਂ ਕਦੇ ਇਹ ਨਹੀਂ ਸੀ ਕਿ ਮੈਂ ਕੁੜੀ ਲੈ ਕੇ ਵੰਗਾ ਮੇਚ ਆ ਗਈਆਂ ਇਹਨਾਂ 21 ਵਰਿਆਂ ਦੇ ਵਿੱਚ ਜਾਂ ਉਹੀ ਪੜ ਜਾ ਰਹੀ ਹੈ ਹਾਂ ਕਿਤੇ ਮੈਂ ਇਨ ਫਿਊਚਰ ਇਸ ਕੈਰੀਅਰ 'ਚ ਕੁਝ ਡਿਊਟ ਕੈ ਸੈਟ ਕੀਤੀ ਤਾਂ ਮੈਂ ਇਸ ਬੱਚੀ ਨੂੰ ਜ਼ਰੂਰ ਗਵਾਵਾਂ ਕੋਈ ਖੁਆਇਸ਼ ਜਿਹੜੀ ਇਸ ਸਫਰ ਦੇ ਵਿੱਚ ਅਧੂਰੀ ਰਹਿ ਗਈ ਹੋਵੇ ਅੱਜ ਵੀ ਉਹ ਤੰਗ ਕਰਦੀ ਵੱਡੀ ਕੁੱਤੀ ਹੋਵੇ ਵੱਡੀ ਗੱਡੀ ਹੋਵੇ ਮੈਂ ਜਿੱਥੋਂ ਦੀ ਜਾਮਾ ਲੋਕ ਮੇਰੇ ਉਂਗਲ ਕਾਰਨ ਮੈਨੂੰ ਪਹਿਚਾਨਣ ਮੇਰੀ ਅਲੱਗ ਪਹਿਚਾਨ ਹੋਵੇ ਕਿ ਸੁਖਵਿੰਦਰ ਸੁੱਖੀ ਬਾਈ ਦੇ ਨਾਲ ਪਹਿਲੀ ਵਾਰ ਗੁਰਲੇਜ ਅਖਤਰ ਦਾ ਗੀਤ ਆਇਆ ਸੀ ਹਾਂਜੀ ਪੰਜਾਬੀ ਗਾਇਕੀ ਦੇ ਵਿੱਚ ਕੈਸਟ ਦੇ ਦੌਰ ਦੇ ਵਿੱਚ ਪੈਰ ਧਰਾਵਾ ਸੁਖਵਿੰਦਰ ਸੁੱਖੀ ਨੇ ਕਰਾਇਆ ਗੁਰਲੇਜ ਅਖਤਰ ਦਾ ਉਹ ਦੇਖੋ ਪੂਜਾ ਮਾਰਕੀਟ ਚ ਆਈ ਉਹ ਕਿੰਨੇ ਕਿੰਨੇ ਕਲਾਕਾਰ ਉਦੋਂ ਡਿੱਗੇ ਵੀ ਕੈਸਟਾਂ ਮੈਂ ਹਿੱਟ ਵੀ ਹੋਈਆਂ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਮਿਨਿਸਟਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚ ਅੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਟਾਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਟਾਣਾ ਸਾਹਿਬ ਠੰਡ ਵਾਵਾ ਹੀ ਹੋ ਗਈ ਠੰਡ ਵੀ ਮੇਰੇ ਵਾਲੇ ਸੋਫੇ ਤੇ ਤਾਂ ਬਹੁਤ ਜ਼ਿਆਦਾ ਪੱਤਰ ਪੈਂਦਾ ਇੱਥੇ ਬਰਫ਼ ਪੈ ਕੇ ਹਟੀ ਹੈ ਜੀ ਚਲੋ ਖਿਆਲ ਰੱਖਣਾ ਚਾਹੀਦਾ ਮੈਂ ਤਾਂ ਕਹਿੰਦਾ ਸੀ ਜੈਕਟ ਉਹੀ ਪਾ ਲੈਂਦਾ ਤੇ ਹੋਰ ਕੋਈ ਲਿਆਉਂਦਾ ਹੀ ਨਹੀਂ ਮੈਂ ਫਿਰ ਪੇਟੀ ਚ ਹੱਥ ਹੁੱਥ ਮਾਰਿਆ ਇਹ ਆ ਗਈ ਮੈਂ ਇਹ ਟੰਗਲੀ ਵਾਹ ਕੀ ਬਾਤ ਹੁਣ ਕਈ ਦਿਨ ਇਹਨੂੰ ਵਰਤੂ ਜੀ ਕੋਈ ਗੱਲ ਨਹੀਂ ਜੱਚ ਰਹੇ ਹੋ ਬੰਦਾ ਜੱਚਣਾ ਚਾਹੀਦਾ ਬਹੁਤ ਮਿਹਰਬਾਨੀ ਨਾਲੇ ਠੰਡ ਤੋਂ ਬਚਾਅ ਜ਼ਰੂਰੀ ਹੈ ਤੇ ਬਾਕੀ ਅੱਜ ਫਿਰ ਤੋਂ ਅਸੀਂ ਇੱਕ ਖਾਸ ਕਿਸ਼ਤ ਲੈ ਕੇ ਹਾਜ਼ਰ ਹੋਏ ਬਿਲਕੁਲ ਜੀ ਤੇ ਅੱਜ ਵਾਲੀ ਜਿਹੜੀ ਖਾਸ ਕਿਸ਼ਤ ਆ ਮੈਨੂੰ ਇਹ ਲੱਗਦਾ ਵੀ ਸਾਡੇ ਦਰਸ਼ਕਾਂ ਦੇ ਮੂੰਹ ਦੇ ਵਿੱਚੋਂ ਆਪੇ ਵਧੀਆ ਨਿਕਲੂਗਾ ਵੀ ਅੱਜ ਤਾਂ ਸੱਚੀ ਮੁੱਚੀ ਬਹੁਤ ਵਧੀਆ ਕੀਤਾ ਕਿਉਂਕਿ ਬਹੁਤ ਵਧੀਆ ਹੀ ਕਲਾਕਾਰ ਸਾਡੇ ਕੋਲੇ ਕਲਾਕਾਰ ਸਾਰੇ ਹੀ ਵਧੀਆ ਹੁੰਦੇ ਆ ਕੁਝ ਇੱਕ ਨੂੰ ਛੱਡ ਕੇ ਜਿਹੜੇ ਚੰਗਾ ਗਾਉਂਦੇ ਆ ਪਰ ਗੱਲ ਇਹ ਆ ਵੀ ਜਿਹੜੇ ਅੱਜ ਆਏ ਆ ਉਹ ਬਿਲਕੁਲ ਸਾਦ ਮੁਰਾਦੇ ਆ 20-21 ਸਾਲ ਤੋਂ ਮੇਰਾ ਦੋਸਤਾਨਾ ਉਹਨਾਂ ਦੇ ਨਾਲ ਆ ਉਹਨਾਂ ਨੇ ਪਹਿਲਾਂ ਜਿਹੜੇ ਗੀਤ ਗਾਏ ਉਹੋ ਜੀ ਅੱਜ ਗਾਉਂਦੇ ਆ ਜਿਵੇਂ ਪਹਿਲਾਂ ਸਾਦੇ ਸੀ ਉਵੇਂ ਅੱਜ ਆ ਬਤੌਰ ਮਨੁੱਖ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਆ ਕਲਾਕਾਰ ਹਿੱਟ ਹੋਵੇ ਫਲੋਪ ਹੋਵੇ ਬੜਾ ਚੱਲ ਜੇ ਨਾ ਚੱਲੇ ਫੋਲੋਅਰ ਵੱਧ ਜਾਣ ਨਾ ਵਧਣ ਇਹ ਬਾਅਦ ਦੀਆਂ ਗੱਲਾਂ ਪਰ ਬਤੌਰ ਮਨੁੱਖ ਇਹੋ ਜਿਹੇ ਬੰਦੇ ਬਹੁਤ ਘੱਟ ਲੱਭਦੇ ਆ ਤੇ ਸਾਡੇ ਸਟੂਡੀਓ ਦੇ ਵਿੱਚ ਨੇ ਸੁਖਵਿੰਦਰ ਸੁੱਖੀ ਹੋਰੀ ਨੀ ਤੇਰੇ ਵੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਸਾਡੀ ਪੱਗ ਦੀਆਂ ਪੂਣੀਆਂ ਕਰਾਇਆ ਕਰੇਂਗੇ ਤੇ ਬਾਜਵੇ ਰੰਧਾਵੇ ਗਿੱਲ ਅਤੇ ਜੌਲ ਬਈ ਲੜਨ ਚ ਕਰਦੇ ਕਦੇ ਨਾ ਘੋਲ ਬਈ ਵਾਹ ਵਾਹ ਕੀ ਬਾਤ ਬੜੇ ਗਾਣੇ ਉਹਨਾਂ ਦੇ ਜੀ ਤੇ ਅੱਜ ਵੀ ਇਹ ਗਾਣੇ ਨਵੇਂ ਨਕੋਰ ਨੇ ਸੋ ਅੱਜ ਬਹੁਤ ਸਾਰੀਆਂ ਗੱਲਾਂ ਸੀ ਉਹਨਾਂ ਦੇ ਨਾਲ ਕਰਨੀਆਂ ਨੇ ਬਹੁਤ ਸਾਰੇ ਸਵਾਲ ਪੁੱਛਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਬਾਜੀ ਠੀਕ ਠਾਕ ਹੋ ਥੈਂਕ ਯੂ ਹਰਮਨ ਜੀ ਥੈਂਕ ਯੂ ਟਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੁਨਾਂ ਨੂੰ ਤੇ ਪ੍ਰਾਈਮ ਏਸ਼ੀਆ ਤੇ ਸਾਰੇ ਚੱਜ ਦਾ ਵਿਚਾਰ ਦੇਖਣ ਵਾਲੇ ਤੁਹਾਡੇ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਬੁਲਾਵਾਂ ਤੁਹਾਨੂੰ ਸਾਰਿਆਂ ਨੂੰ ਕਰਿਓ ਕਬੂਲ ਸਾਰੇ ਸਤਿ ਸ੍ਰੀ ਅਕਾਲ ਮੇਰੀ ਤੁਹਾਡੀਆਂ ਦਵਾਵਾਂ ਤੇ ਪਿਆਰ ਨੇ ਬਣਾਇਆ ਮੈਨੂੰ ਬਣ ਜਾਂ ਤਾਂ ਗਾਇਕ ਨੇ ਕੀਤੇ ਸੀ ਮਜਾਲ ਮੇਰੀ ਦੌਲਤਾਂ ਤੇ ਸ਼ੌਹਰਤਾਂ ਵੀ ਦਿੱਤੀਆਂ ਨੇ ਤੁਸੀਂ ਮੈਨੂੰ ਇਸੇ ਤਰ੍ਹਾਂ ਦਿਲਾਂ ਵਿੱਚ ਕਰਿਓ ਸੰਭਾਲੇ ਮੇਰੀ ਕੁਝ ਮੈਨੂੰ ਜ਼ਿੰਦਗੀ 'ਚ ਪੰਮੇ ਜਿਹਾ ਯਾਰ ਮਿਲੇ ਬਾਕੀ ਗੁਰੂ ਰੱਖਿਆ ਕਰਨ ਵਾਲ ਵਾਲ ਮੇਰੀ ਬਹੁਤ ਖੂਬ ਬਾਕੀ ਗੁਰੂ ਰੱਖਿਆ ਕਰਨ ਵਾਲ ਕਮਾਲ ਹੈ ਤੇ ਇਹ ਪੰਮਾ ਗੀਤਕਾਰ ਪੰਮਾ ਮੱਲਿਆਣਾ ਪੰਮਾ ਮੱਲਿਆਣਾ ਜਿਹੜਾ ਬਾਹਰ ਰਹਿੰਦਾ ਹਾਂਜੀ ਗ੍ਰੀਸ ਰਹਿੰਦਾ ਬਿਲਕੁਲ ਤੇ ਕਿਉਂਕਿ ਆਪਾਂ ਮਿਲਦੇ ਰਹੇ ਆ ਮੈਨੂੰ ਬੜੀ ਚੰਗੀ ਲੱਗੀ ਹੈਗਾ ਹੋਰ ਸਭ ਠੀਕ ਠਾਕ ਆ ਬਾਈ ਜੀ ਕੀ ਖਾਣੇ ਤੂੰ ਤੇਰੀ ਛੜੀ ਵਰਗੇ ਉਵੇਂ ਪਏ ਆ ਉਹ ਕੁਝ ਖਾਂਦੇ ਨਹੀਂ ਹਾਂ ਨਾ ਕੁਝ ਕਮਾਈ ਦਾ ਕੀ ਫਾਇਦਾ ਨਾ ਕੁਝ ਖਾਂਦੇ ਆ ਨਾ ਕੁਝ ਪੀਂਦੇ ਆ ਹਾਂ ਕਮਾਈ ਉਹੀ ਅਜਰੀ ਤੂੰ ਬਚਾਈ ਵਾਹ ਵਾਕਈ ਇਹ ਖੀਰਿਆਂ ਖੂਰਾ ਨਹੀਂ ਅਸਰ ਆ ਬਸ ਖੀਰਿਆਂ ਦਾ ਅਸਰ ਆ ਬਾਕੀ ਅਮਰੂਦਾਂ ਦਾ ਅਸਰ ਆ ਸੇਬਾਂ ਦਾ ਅਸਰ ਆ ਨਹੀਂ ਫਿਰ ਬਚਾਈ ਵਾਲੀ ਗੱਲ ਜਿਹੜੀ ਉਹ ਝੂਠੀ ਹੈ ਕਿਉਂਕਿ ਖੀਰੇ ਅਮਰੂਦ ਇਹਨਾਂ ਦੇ ਭਾਅ ਵੇਖੋ ਅੱਜ ਅਸਮਾਨੀ ਚੜੇ ਹੋਏ ਨਹੀਂ ਉਹ ਬੜੀ ਕੋਸਟਲੀ ਕਹਿੰਦੇ ਨੇ ਬੰਦੇ ਨੂੰ ਖਰਚਣਾ ਚਾਹੀਦਾ ਜਿੱਥੇ ਜ਼ਰੂਰਤ ਹੈ ਤੁਸੀਂ ਚੰਗੀ ਖੁਰਾਕ ਤੇ ਖਰਚੋ ਚੰਗੇ ਕੱਪੜਿਆਂ ਤੇ ਖਰਚੋ ਤੁਹਾਡੇ ਪਰਿਵਾਰ ਦੀਆਂ ਲੋੜਾਂ ਨੇ ਉੱਥੇ ਖਰਚੋ ਮੇਰੇ ਖਰਚ ਬਦਲੇ ਵੀ ਕਮਾਈ ਤਾਂ ਹੀ ਖਰਚਾ ਖਰਚਾ ਬਿਲਕੁਲ ਸਹੀ ਬਾਈ ਜੀ ਬਹੁਤ ਲੰਮਾ ਸਮਾਂ ਹੋ ਗਿਆ ਤੁਹਾਨੂੰ ਗਾਇਕੀ ਚ ਵਿਚਰਦਿਆਂ ਮੇਰਾ ਖਿਆਲ ਆ ਵੀ 25 ਵਰੇ ਛੇਤੀ ਪੂਰੇ ਹੋ ਜਾਣੇ ਆ ਹਾਂਜੀ ਹਾਂਜੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਜੀ ਅਸੀਂ ਕੰਮ ਨਾ ਕਰਦੇ ਬਹੁਤ ਚੰਗੀ ਗੱਲ ਆ ਦੁਆਬੇ ਦੇ ਵਿੱਚ ਵੀ ਤੁਹਾਡੀ ਚਰਚਾ ਮਾਲਵੇ ਦੇ ਵਿੱਚ ਵੀ ਤੁਸੀਂ ਸਰਮੌਰ ਰਹੇ ਆ ਹੁਣ ਵੀ ਹੈਗੇ ਆ ਆਪਦੇ ਚੰਗੇ ਕੀਤਾ ਸਦਕਾ ਉਹ ਫੋਟੋ ਵਾਲਾ ਦੌਰ ਚੇਤੇ ਆਉਂਦਾ ਜਦੋਂ ਇੱਕ ਛਤਰੀ ਇੰਦਰਜੀਤ ਨਿੱਕੂ ਦੇ ਫੜੀ ਹੁੰਦੀ ਸੀ ਇੱਕ ਛਤਰੀ ਰਵਿੰਦਰ ਗਰੇਵਾਲ ਨੇ ਫੜੀ ਹੁੰਦੀ ਸੀ ਤੁਸੀਂ ਵਿਚਾਲੇ ਬੈਠੇ ਹੁੰਦੇ ਸੀ ਉਹ ਫੋਟੋਆਂ ਅਖਬਾਰਾਂ ਦੇ ਵਿੱਚ ਛਪਦੀਆਂ ਹੁੰਦੀਆਂ ਸੀ ਬਿਲਕੁਲ ਤਿੰਨਾਂ ਦੀ ਬਣਦੀ ਬਹੁਤ ਸੀ ਹੁਣ ਤਾਂ ਉਹ ਕਿਸੇ ਨੂੰ ਦੇਖ ਕੇ ਰਾਜ਼ੀ ਨਹੀਂ
ਹਾਂ ਨਹੀਂ ਤੇ ਐਕਚੁਅਲੀ ਜਿਹੜਾ ਅੱਜ ਦਾ ਸਮਾਂ ਨਾ ਜਦੋਂ ਅਸੀਂ ਮੈਂ ਕਿ ਵਾਰੀ ਹਾਸੇ ਹਾਸੇ ਜੇ ਗੱਲ ਕਰਦਾ ਹਾਂ ਨਾ ਵੀ ਸਾਡੇ ਮੌਕੇ ਨਾ ਕੈਸਟ ਆਉਂਦੀ ਸੀ ਕੋਈ ਕੈਸਟ 'ਚ 8 ਜਾਂ 10 ਗੀਤ ਹੁੰਦੇ ਸੀ ਉਦੋਂ ਜੇ 8 10 ਗੀਤ ਕੈਸਟ 'ਚ ਹੁੰਦੇ 8 10 ਕਲਾਕਾਰ ਇਕੱਠੇ ਬੈਠ ਵੀ ਜਾਂਦੇ ਸੀ ਤੇ ਆਹ ਮੈਨੂੰ ਲੱਗਦਾ ਜ਼ਿਆਦਾ ਸਿੰਗਲ ਟਰੈਕ ਹੋਇਆ ਤੇ ਉਹਨੇ ਕਲਾਕਾਰ ਵੀ ਸਿੰਗਲ ਸਿੰਗਲ ਕਰਤਾ ਵੀ ਸਿੰਗਲ ਟਰੈਕ ਨੇ ਕਲਾਕਾਰ ਵੀ ਸਿੰਗਲ ਸਿੰਗਲ ਕਰਤਾ ਤੇ ਮੈਂ ਇਹ ਦੁਆ ਕਰਦਾ ਵੀ ਦੁਬਾਰਾ ਫਿਰ ਕੈਸਟਾਂ ਸੀਡਲ ਦਾ ਦੌਰ ਆਵੇ ਵੀ ਹੁਣ ਕੈਸਟ 'ਚ 8 ਨਹੀਂ 12 12 ਗੀਤ ਹੋਣ ਵੀ 8 ਤਿੰਨ ਜਗ੍ਹਾ ਤੇ 12 12 ਕਲਾਕਾਰ ਜੁੜ ਕੇ 12 ਦੀ ਫੋਟੋ ਲੱਗੇ 1999 ਦੇ ਵਿੱਚ ਨੀ ਤੇਰੇ ਵੰਗਾ ਵੇਚਣਾ ਆਈਆਂ ਅੱਜ ਕੈਸਟ ਹਾਂਜੀ ਹਾਂਜੀ ਅੱਜ ਤੱਕ ਉਸ ਗਾਣੇ ਦੀ ਚਰਚਾ ਹੈਗੀ ਆ ਹਾਂਜੀ ਹਾਂਜੀ ਵੰਗਾ ਮੇਚ ਆ ਗਈਆਂ ਇਹਨਾਂ 20-21 ਵਰਿਆਂ ਦੇ ਵਿੱਚ ਜਾਂ ਉਹੀ ਪੜ ਜਾ ਰਹੀ ਆ ਨਹੀਂ ਵੰਗਾ ਮੇਚ ਬਹੁਤ ਉਦੋਂ ਆ ਗਿਆ ਸੀ ਜਦੋਂ 99 ਦੇ ਵਿੱਚ ਕੈਸਟ ਆਈ ਨਾ ਉਦੋਂ ਹੀ ਵੰਗਾ ਨਾਲ ਕੜੇ ਵੀ ਮੇਚ ਆ ਗਏ ਬ੍ਰੈਸਲੈਟ ਵੀ ਮੇਚ ਆ ਗਏ ਤੇ ਕਾਫੀ ਕੁਛ ਮੇਚ ਆ ਗਿਆ ਲੋਕ ਵੀ ਮੇਰੇ ਮੇਚ ਆ ਗਏ ਮੈਂ ਵੀ ਲੋਕਾਂ ਦੀ ਮੇਚ ਦਾ ਹੋ ਗਿਆ ਤੇ ਵੰਗਾ ਵੇਚਣ ਆਇਆ ਇਕੱਲਾ ਮੇਚ ਨਹੀਂ ਕੀਤਾ ਮੈਨੂੰ ਵੀ ਲੋਕਾਂ ਦੇ ਵੰਗਾ ਵੇਚ ਨੇ ਮੇਚ ਦਾ ਕੀਤਾ ਤੇ ਲੋਕਾਂ ਨੇ ਅਥਾਹ ਪਿਆਰ ਦਿੱਤਾ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਵੀ ਜਿਨ੍ਹਾਂ ਬੱਚਿਆਂ ਦੇ ਜਨਮ 99 ਵਿੱਚ ਹੋਏ ਹੋਣਗੇ ਉਹਨਾਂ ਨੂੰ ਵੀ ਇਸ ਗੀਤ ਦਾ ਪਤਾ ਇਹ ਪ੍ਰੈਕਟੀਕਲ ਹੋਇਆ ਤੇ ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਵੀ ਉਹ ਇੱਦਾਂ ਦੇ ਗੀਤ ਕਿਉਂਕਿ ਜਿਹੜੇ ਆਪ ਦੇਖੋ ਲੋਕ ਗੀਤ ਨੇ ਕਈ ਹੁਣ ਉਹ ਕਿਤੇ ਟੀਵੀ 'ਤੇ ਤਾਂ ਵੱਜਦੇ ਨਹੀਂ ਨਾ ਕਿਤੇ ਅਖਬਾਰਾਂ 'ਚ ਛਪਦੇ ਨੇ ਉਹ ਇੱਕ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਨੇ ਵੀ ਕੋਈ ਸਾਡਾ ਬਜ਼ੁਰਗ ਗੁਣਗੁਣਾ ਰਿਹਾ ਤੇ ਉਹ ਉਹਦੇ ਪੁੱਤ ਨੇ ਸੁਣ ਲਿਆ ਉਹ ਪੁੱਤ ਗੁਣਾ ਰਿਹਾ ਉਹਦੇ ਪੋਤੇ ਨੇ ਸੁਣ ਲਿਆ ਤੇ ਮਤਲਬ ਜਿਹੜੇ ਹਿੱਟ ਗੀਤ ਹੋ ਜਾਂਦੇ ਨੇ ਲੋਕਾਂ ਦੇ ਮਨਾਂ 'ਚ ਵਸ ਜਾਂਦੇ ਨੇ ਉਹ ਗੁਣਗੁਣਾ ਕੇ ਅਗਲੀਆਂ ਪੀੜ੍ਹੀਆਂ ਚਲੇ ਜਾਂਦੇ ਬਿਲਕੁਲ ਸਹੀ ਗੱਲ ਹੈ ਤੇ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੀਤ ਸੁਣ ਲਈਏ ਟਹਿਣਾ ਸਾਹਿਬ ਦੇ ਬਾਕੀ ਗੱਲਾਂ ਫੇਰ ਅੱਗੇ ਹੌਲੀ ਹੌਲੀ ਕਰਦੇ ਆ ਹਾਂਜੀ ਹੁਣ ਤੁਸੀਂ ਤਾਂ ਬੜੇ ਪਿਆਰੇ ਟਹਿਣਾ ਸਾਹਿਬ ਦਾ ਉਹ ਠੰਡ ਲਵਾਉਣ ਦੇ ਇਧਰ ਆਏ ਨੂੰ ਢਾਓ ਲਓ ਜੀ ਵੰਗਾ ਮੇਚ ਨਾਇਆ ਕੋ ਗੀਤ ਆ ਜਿਸ ਗੀਤ ਨਾਲ ਸੁਖਵਿੰਦਰ ਸੁਖੀ ਇਸ ਮਾਰਕੀਟ ਦੇ ਵਿੱਚ ਆਇਆ ਜੀ ਤੇ ਮੈਂ ਤੁਹਾਨੂੰ ਸਾਂਝਾ ਕਰਦਾ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾ ਲਿਆ ਨੀ ਤੇਰੇ ਵੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਉਹ ਨੀ ਤੇਰੇ ਵੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਨੀ ਤੇਰੇ ਵੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਪੱਤਰਕਾਰ ਬਣ ਗਏ ਤੇ ਨਹੀਂ ਇਹ ਕਲਾਕਾਰਾਂ ਦੇ ਐਂਕਰ ਤਾਂ ਸਟੇਜ ਦੀ ਗੱਲ ਕਰਦੇ ਪੱਕੇ ਹੋਣੇ ਸੀ ਉਹਨੇ ਡਾਂਸ ਵੀ ਕਰਿਆ ਕਰਨਾ ਸੀ ਨਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਸੋ ਖੈਰ ਇਹ ਗਾਣਾ ਅੱਜ ਵੀ ਨਵਾਂ ਨਕੋਰ ਹੈ ਬਿਲਕੁਲ ਮਤਲਬ ਜਿਵੇਂ ਹੀ ਆਪਾਂ ਇਸ ਗਾਣੇ ਦੀ ਗੱਲ ਕਰਨੀ ਸ਼ੁਰੂ ਕੀਤੀ ਦੀ ਧੁਨ ਵੱਜਣੀ ਸ਼ੁਰੂ ਹੋ ਗਈ ਸੀ ਦਿਮਾਗ ਦੇ ਵਿੱਚ ਕਦੇ ਸੋਚਿਆ ਸੀ ਇਹ ਗਾਣਾ ਇੰਨਾ ਮਕਬੂਲ ਹੋ ਜਾਊਗਾ ਇਹ ਹਰਮਨ ਜੀ ਬਿਲਕੁਲ ਸਹੀ ਹੈ ਮੈਂ ਇੱਥੇ ਬੈਠ ਕੇ ਨਹੀਂ ਕਹਿ ਰਿਹਾ ਜਾਂ ਬਣਾ ਕੇ ਨਹੀਂ ਕਹਿ ਰਿਹਾ ਜੇ ਤੁਸੀਂ ਬਿਲੀਵ ਕਰੋ ਤੇ ਅਸੀਂ ਇਹ ਟਾਈਟਲ ਵੀ ਨਹੀਂ ਸੀ ਰੱਖਿਆ ਗਾਣੇ ਦਾ ਅੱਛਾ ਇਸ ਤੋਂ ਪਹਿਲਾਂ ਮੇਰੀ ਕੈਸਟ ਆਈ ਸੀ ਕਿ ਹੈ ਨਾ ਰੁਸਗੀ ਟਹਿਣਾ ਸਾਨੂੰ ਤਾਂ ਪਤਾ ਹੋਣਾ ਰੋਕੀ ਰੋਕੀ ਉਹ ਕਰਤਾ ਰਹੇ ਨੇ ਹਾਲੋ ਰੁਸਗੀ ਮਤਲਬ ਇੱਕੋ ਲੱਫੜ ਮਾਰ ਰਹੇ ਨੇ ਹਾਲੋ ਰੁਸਗੀ ਉਹ ਮਿਲਕੀ ਮਦੌਲੀ ਉਹ 'ਚ ਬਣੀ ਸੀ ਨੇ ਹਾਲੋ ਉਹ ਵੀ ਉਦੋਂ ਮੇਰਾ 98 'ਚ ਆਈ ਸੀ ਉਹ ਤੇ ਅੱਛਾ ਖਾਸਾ ਕੰਮ ਮੇਰਾ ਉਦੋਂ ਚੱਲ ਪਿਆ ਸੀ ਪੂਰਾ ਤੇ ਉਦੋਂ ਦੌਰ ਹੁੰਦਾ ਸੀ ਵੀ ਨੌ ਤੇ ਇੱਦਾਂ ਕੈਸਟ ਰੱਖਣਾ ਇਸ ਕੈਸਟ ਦਾ ਅਸੀਂ ਰਿਕਾਰਡਿੰਗ ਸ਼ੁਰੂ ਕੀਤੀ ਉਦੋਂ ਰਾਜ ਬਰਾੜ ਸਾਹਿਬ ਹੁੰਦੇ ਸੀ ਇਸ ਕੰਪਨੀ 'ਚ ਸਾਰਾ ਉਹ ਮੈਟਰ ਮੋਟਰ ਕਰਦੇ ਹੁੰਦੇ ਸੀ ਤੇ ਇਹਦਾ ਅਸੀਂ ਟਾਈਟਲ ਰੱਖਿਆ ਕੁੜਤੀ ਧੰਨ ਕੁੜਦੀ ਉਹਦੀ ਲਾ ਦੇ ਦਰਜੀ ਆ ਤਾਰੇ ਕੁੜਤੀ ਧੰਨ ਕੁੜਦੀ ਹਾਲਾਂਕਿ ਉਹ ਮੈਨੂੰ ਪਤਾ ਨਹੀਂ ਗੀਤ ਮੈਂ ਰਿਕਾਰਡ ਵੀ ਕੀਤਾ ਕਦੇ ਗਾਇਆ ਹੀ ਨਹੀਂ ਉਹ ਜਦੋਂ ਅਸੀਂ ਇਹ ਬਿਲਕੁਲ ਗਾਣਾ ਜਦੋਂ ਆਇਆ ਇਹ ਭੱਲਾ ਭਾਜੀ ਬਾਹਰੋਂ ਆਏ ਸੀ ਇੰਗਲੈਂਡ ਦਾ ਟੂਰ ਲਾ ਕੇ ਉਹ ਕੈਸਟ ਲੈ ਕੇ ਆਏ ਮੈਨੂੰ ਉਹਨਾਂ ਨੇ ਫੋਨ ਕੀਤਾ ਮੈਂ ਹੋਸਟਲ ਕਹਿੰਦੇ ਸੁੱਖ ਕਿੱਥੇ ਮਾਹੀ ਮੈਂ ਹੋਸਟਲ ਆ ਕਹਿੰਦੇ ਤੁਹਾਨੂੰ ਚੀਜ਼ ਸੁਣਾਉਣੀ ਆ ਉਹ 'ਚ ਕੰਗ ਸਾਹਿਬ ਨੇ ਬੋਲੀਆਂ ਪਾਈਆਂ ਹੋਈਆਂ ਸੀ ਬਾਹਰਲੇ ਮੁਲਕ ਇਸ ਕੰਗ ਸਾਹਿਬ ਤੇ ਵੀ ਪਹਿਲਾਂ ਮੈਂ ਕੈਨੇਡਾ ਗਈ ਫਿਰ ਮੈਂ ਅਮਰੀਕਾ ਗਈ ਏਦਾਂ ਉਹ ਸੀ ਵੀ ਤੂੰ ਬਾਹਰਲੇ ਦੇਸ਼ਾਂ ਦਾ ਸੀ ਵੀ ਮੈਂ ਪੰਜਾਬ ਗੱਲ ਮੇਰੇ ਵੰਗਾਂ ਨਹੀਂ ਵੇਚੀਆਂ ਏਦਾਂ ਦੀ ਗੱਲ ਸੀ ਮੈਨੂੰ ਕਹਿੰਦੇ ਯਾਰ ਆਹ ਪੰਜਾਬ ਦੇ ਸ਼ਹਿਰਾਂ ਦੇ ਇਹ ਗਾਣਾ ਬਣਾਓ ਇਹ ਬੜਾ ਵਧੀਆ ਬਣ ਸਕਦਾ ਤੇ ਮਹਾਂ ਭਾਜੀ ਜੇ ਉਹਨਾਂ ਨੇ ਕੇਸ ਕਰਤਾ ਉਦੋਂ ਕੈਸਟ ਦੇ ਰਾਈਟਸ ਹੁੰਦੇ ਸੀ ਉਹ 'ਚ ਭੱਲਾ ਭਾਈ ਦੇ ਚੁਟਕਲੇ ਵਰਤੇ ਹੋਏ ਸੀ ਉਹਨਾਂ ਨੇ ਕਹਿੰਦੇ ਜੇ ਆਪਣੇ ਕੇਸ ਕਰਨਗੇ ਆਪਾਂ ਉਹਨਾਂ 'ਤੇ ਕਰ ਦਾਂਗੇ ਆਪਾਂ ਤਾਂ ਕਿਹੜਾ ਪਰਮਿਸ਼ਨ ਲਈ ਚੁਟਕਲੇ ਵਰਤਾਂ ਦੀ ਤੇ ਅਸੀਂ ਬਿੱਲੇ ਰਸੋਈ ਆਏ ਨੂੰ ਅਮਰਜੀਤ ਘੋਲੀ ਨੂੰ ਕਈਆਂ ਨੂੰ ਕਿਹਾ ਵੀ ਯਾਰ ਗਾਣਾ ਲਿਖੋ ਅਮਰਜੀਤ ਘੋਲੀ ਨੇ ਪਹਿਲਾਂ ਭੇਜਿਆ ਤੇ ਵਧੀਆ ਵੀ ਲੱਗਿਆ ਸੀ ਅਸੀਂ ਗਾਣਾ ਇਹ ਰਿਕਾਰਡ ਕਰਨਾ ਸਾਡਾ ਕੋਈ ਮਕਸਦ ਨਹੀਂ ਸੀ ਵੀ ਅਸੀਂ ਇਹ ਗਾਣਾ ਮੂਹਰੇ ਲਾਉਣਾ ਜਾਂ ਇਹ ਟਾਈਟਲ ਰੱਖਣਾ ਉਸ ਤੋਂ ਬਾਅਦ ਉਹ ਸੀਐਮਸੀ ਕੰਪਨੀ ਬੰਦ ਹੋਈ ਸੀ ਉਹ ਸਤਨਾਮ ਸਿੱਧੂ ਮੇਰੇ ਕਹਿੰਦਾ ਕੈਸਟ ਵਧੀਆ ਬਣ ਗਈ ਆਪਾਂ ਚੰਗੀ ਕੰਪਨੀ ਟੀਸੀ ਨੂੰ ਦੇ ਦਈਏ ਕਿਸੇ ਨੂੰ ਦੇ ਦੇ ਤੇਰਾ ਕੰਮ ਚੱਲ ਪਊ ਕਹਿੰਦਾ ਚਲੋ ਹੁਣ ਆਪਣੇ ਨੂੰ ਕਿੰਨੇ ਪੈਸੇ ਨੇ ਮੈਂ ਇਹਨੂੰ ਰਿਲੀਜ਼ ਕਰਾਂ ਵੀ ਕੰਪਨੀ ਨਵੀਂ ਬਣਾਉਣੀ ਪਊਗੀ ਵੀ ਆਪਾਂ ਕਿਸੇ ਹੋਰ ਕੰਪਨੀ ਨੂੰ ਦਿੰਦੇ ਹਾਂ ਉਹਨੂੰ ਦੋ ਤਿੰਨ ਕੰਪਨੀ ਨੂੰ ਕੈਸਟ ਸੁਣਾਈ
ਉਹ ਜਿਹੜੀ ਕੰਪਨੀ ਨੂੰ ਕੈਸਟ ਤੋਂ ਸੁਣਾਉਣ ਜਿਹੜੇ ਬੰਦੇ ਨੂੰ ਕਹਿੰਦੇ ਤੁਹਾਡਾ ਆਹ ਗਾਣਾ ਯਾਰ ਬੜਾ ਵਧੀਆ ਜਿਵੇਂ ਲੋਕ ਨਹੀਂ ਕਹਿ ਕੇ ਉਹ ਜਿਵੇਂ ਉਹ ਮੀਮਣਾ ਲਈ ਆਉਂਦੇ ਕਿ ਤੂੰ ਕੁੱਤਾ ਚੱਕੀ ਫਿਰਦਾ ਉਹ ਉੱਦਾਂ ਕਹਿ ਕੇ ਉਹ ਸਾਨੂੰ ਜਿਤਾਤਾ ਵੀ ਆਹ ਗਾਣਾ ਤੁਹਾਡਾ ਵਧੀਆ ਹਾਂਜੀ ਉਹ ਫਿਰ ਸਾਨੂੰ ਵੀ ਚੰਗਾ ਅਸੀਂ ਵਾਰ ਵਾਰ ਸੁਣਿਆ ਕਿ ਗਾਣਾ ਤੇ ਵਧੀਆ ਉਹ ਜਦੋਂ ਕਰਦੇ ਗਾ ਤਾਰੀਫ ਬੜੀ ਕੀ ਰਿਲੀਜ਼ ਹੋਣ ਤੋਂ ਪਹਿਲਾਂ ਜਦੋਂ ਲੋਕਾਂ ਨੇ ਤਾਰੀਫ ਸ਼ੁਰੂ ਕਰਤੀ ਉਹ ਸਤਨਾਮ ਕਹਿੰਦਾ ਵੀ ਇੱਦਾਂ ਕਰਦੇ ਹਾਂ ਕਹਿੰਦਾ ਆਪਾਂ ਇਹ ਗਾਣੇ ਦਾ ਵੀਡੀਓ ਵੀ ਕਰਦੇ ਹਾਂ ਤੇ ਆਪਾਂ ਗਾਣਾ ਪਹਿਲਾਂ ਦੂਰਦਰਸ਼ਨ ਤੇ ਲਵਾ ਕੇ ਦੇਖਦੇ ਹਾਂ ਕਹਿੰਦਾ ਵੀ ਵਾਕਿਆ ਰਿਸਪੋਂਸ ਆਉਂਦਾ 1 ਜਨਵਰੀ 1999 ਸੋਮਵਾਰ ਸੀਗਾ ਤੇ ਉਦੋਂ ਲਿਸ਼ਕਾਰ ਆਉਣਾ ਸੀ ਅਸੀਂ ਗਾਣਾ ਰਿਕਾਰਡ ਕਰਾਇਆ ਏ ਭਾਰ ਸਾਹਿਬ ਤੋਂ ਇੱਥੇ ਹੁੰਦੇ ਸੀ ਪ੍ਰੋਡਿਊਸਰ ਲਿਸ਼ਕਾਰੇ ਦੇ ਤੇ ਜਦੋਂ ਸਾਡਾ ਜੀ 1 ਜਨਵਰੀ 1999 ਰਾਤ ਨੂੰ ਉਹ ਲਿਸ਼ਕਾਰਾ ਆਇਆ ਤੇ ਦੂਸਰੇ ਦਿਨ ਪੰਜਾਬ ਗਾ ਲਿਆ ਸਿਮਰ ਸੁੱਖੀ ਹੋ ਗਈ ਬਿਨਾਂ ਸਾਡੀ ਕੈਸਟ ਰਿਲੀਜ਼ ਤੋਂ ਉਦੋਂ ਕੰਮ ਉਹ ਫੋਨ ਆਉਣ ਲੱਗ ਗਈ ਡੀਲਰ ਸਤਨਾਮ ਸਿੱਧੂ ਨੂੰ ਵੀ ਸਾਰਾ ਪੰਜਾਬ ਗਾ ਲਿਆ ਕਦੋਂ ਰਿਲੀਜ਼ ਕਰਨੀ ਆ ਮੈਂ ਯੂਨੀਵਰਸਿਟੀ ਮੈਨੂੰ ਕਹਿੰਦਾ ਸਤਨਾਮ ਕਹਿੰਦਾ ਫਟਾਫਟ ਮੈਨੂੰ ਫੋਟੋ ਕਰਾ ਕੇ ਦੇਖਾਂ ਕੀ ਹੋ ਗਿਆ ਉਹ ਕਹਿੰਦਾ ਆਪਣੇ ਗਾਣੇ ਦਾ ਕਹੀ ਡਿਮਾਂਡ ਬੜੀ ਆ ਗਈ ਤੇ ਉਹ ਉਸ ਤੋਂ ਬਾਅਦ ਅਸੀਂ ਇਹ ਗਾਣੇ ਦਾ ਟਾਈਟਲ ਰੱਖਿਆ ਪਹਿਲਾਂ ਸਾਡਾ ਇਹ ਟਾਈਟਲ ਵੀ ਨਹੀਂ ਸੀ ਮਤਲਬ ਸਾਡੀ ਕੈਸਟ ਮੇਰੀ ਤੁਸੀਂ ਬਿਲੀਵ ਕਰਿਓ ਕੈਸਟ ਤੋਂ ਸਾਡੀ ਮੈਨੂੰ ਲੱਗਦਾ ਕੋਈ ਮਿਡ ਜਨਵਰੀ ਤੋਂ ਬਾਅਦ ਰਿਲੀਜ਼ ਹੁੰਦੀ ਆ ਤੇ ਜਦ ਤੋਂ ਮੇਰਾ ਗਾਣਾ ਰਿਲੀਜ਼ ਹੋਇਆ ਤੇ ਮੇਰੇ ਦੂਏ ਦਿਨ ਕਿਆ ਬਾਤ ਹੈ ਬੁਕਿੰਗ ਸ਼ੁਰੂ ਸੁਖਵਿੰਦਰ ਸੁੱਖੀ ਦਾ ਜਿਹੜਾ ਗੀਤ ਉਹ ਜੱਟਾਂ ਦੇ ਗੋਤਾਂ ਬਾਰੇ ਉਹ ਬੜਾ ਮਕਬੂਲ ਹੋਇਆ ਬਾਜਵੇ ਰਧਾਵੇ ਗਿੱਲ ਅਤੇ ਜੋੜਵੀ ਲੜਨ ਚ ਕਰਦੇ ਕਦੇ ਨਾ ਭੌਲਵੇ ਅਥਿੰਦ ਕਿਹੋ ਜਿਹੇ ਹੁੰਦੇ ਆ ਬਰਾੜ ਕਿਹੋ ਜਿਹੇ ਹੁੰਦੇ ਆ ਤੇ ਅਫਲਾਣੇ ਕਿਹੜੇ ਹੁੰਦੇ ਆ ਸਾਰੀ ਗੱਲ ਤੁਸੀਂ ਕੀਤੀ ਉਹਦੇ ਚ ਉਹ ਫਿਰ ਗਾਣਾ ਕਿਵੇਂ ਲੱਭਿਆ ਉਹ ਟਾਣਾ ਸਾਹਿਬ ਜਦੋਂ ਮੇਰੇ ਬੰਗਾਂ ਵਿੱਚ ਨੇ ਗਾਣਾ ਹਿੱਟ ਹੋ ਗਿਆ ਫਿਰ ਅਸੀਂ ਲੋਕਾਂ ਨੂੰ ਇੱਕ ਉਮੀਦ ਹੋ ਗਈ ਵੀ ਸੁੱਖੀ ਦੀ ਕੈਸਟ 'ਚ ਇੱਦਾਂ ਦਾ ਗਾਣਾ ਹੋਇਆ ਕਰੂਗਾ ਤੇ ਉਹ ਉਸ ਤੋਂ ਬਾਅਦ ਸਾਡੀ ਕੈਸਟ ਆਈ ਸੀ ਇੱਕ ਘਰ ਤਰ੍ਹਾਂ ਲੱਭ ਲਾਂਗੇ ਉਹਦੇ ਵਿੱਚ ਸੀ ਉਹ ਵੀ ਕਿਹੜੇ ਕਿਹੜੇ ਸ਼ਹਿਰ ਬਸ ਨਾਂ ਦੱਸ ਜਾ ਮੁਟਿਆਰੇ ਹਾਂ ਕਿਹੜੇ ਕਿਹੜੇ ਸ਼ਹਿਰ 'ਚੋਂ ਕਿਹੜੀ ਕਿਹੜੀ ਚੀਜ਼ ਮਿਲਦੀ ਹੈ ਬਾਪੂ ਦੇਵ ਤਰੀਕਾ ਲਈ ਲੁਧਿਆਣੇ 'ਚ ਸਵੈਟਰ ਵਾਲੇ ਮਿਲਦੇ ਰੇਸ਼ਮੀ ਪਰਾਂਦੇ ਪਟਿਆਲੇ ਮਿਲਦੇ ਸੋਨੇ ਦਾ ਬਠਿੰਡੇ ਵਿੱਚ ਦੰਦ ਮਿਲਦਾ ਫਾਟਕ ਮੋਰਿੰਡੇ ਵਾਲਾ ਬੰਦ ਮਿਲਦਾ ਕਿਉਂਕਿ ਉਹਦੀ ਬੜੀ ਵੱਡੀ ਪ੍ਰੋਬਲਮ ਸੀ ਤੇ ਉਸ ਤੋਂ ਬਾਅਦ ਫਿਰ ਸਾਨੂੰ ਲੱਗਦਾ ਸਾਡੇ ਸਾਰਾ ਮੈਟਰ ਅਸੀਂ ਕਰ ਲੈਣਾ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੋਣੀ ਹੈ ਹੁਣ ਇੱਦਾਂ ਦਾ ਗੀਤ ਕਿਹੜਾ ਕਰੀਏ ਫਿਰ ਸਾਡੀ ਲਾਡੋਰਾਣੀ ਕੈਸਟ ਆਈ ਉਹ 'ਚ ਮੈਂ ਜੈਲੀ ਮਜੀਦ ਕੋਲ ਜ਼ਿਲ੍ਹਿਆਂ ਦੀ ਗੱਲ ਕੀਤੀ ਸੀ ਵੀ ਕਿਹੜੇ ਕਿਹੜੇ ਜ਼ਿਲ੍ਹੇ ਲਈ ਕੀ ਕੀ ਕਰਦੇ ਨੇ ਚੌੜੀਆਂ ਛਾਤੀਆਂ ਉੱਚੇ ਲੰਮੇ ਗੱਭਰੂ ਅੰਮ੍ਰਿਤਸਰੀਏ ਬੜ ਜਾ ਹੁਣ 93 ਚ ਆਉਣ ਦਿਓ ਨਾ ਗੁੱਤ ਤੋਂ ਪਹਿਲਾਂ ਇਹ ਸੁਣਾ ਦਈਏ ਫਿਰ ਲਗਾਤਾਰ ਪੂਰਾ ਪੈਕੇਜ ਹਾਂ ਇਹ ਤੁਹਾਨੂੰ ਸਮਝਾ ਕਰਦਾ ਉਹ ਚੌੜੀਆਂ ਛਾਤੀਆਂ ਉੱਚੇ ਲੰਮੇ ਗੱਭਰੂ ਅੰਮ੍ਰਿਤਸਰੀਏ ਬਈ ਸਿੱਖੀ ਦੇ ਵਿੱਚ ਮੋਢੀ ਬਣ ਕੇ ਦਾਨੀ ਰੂਪਨਗਰੀਏ ਰੋਪੜ ਕੋ ਕਹਿੰਦੇ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਬਈ ਸਿੱਖੀ ਦੇ ਵਿੱਚ ਮੋਢੀ ਬਣ ਕੇ ਦਾਨੀ ਰੂਪਨਗਰੀਏ ਰੋਬ ਵਿੱਚ ਸੰਗਰੂਰੀਏ ਮੁੱਛ ਨੂੰ ਰੋਬ ਵਿੱਚ ਸੰਗਰੂਰੀਏ ਮੁੱਛ ਨੂੰ ਖੜੀ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਤੇ ਸਾਡੀ ਕੈਸਟ ਦੇ ਬਜਾਜਾਂ ਪੱਟੀ ਨਹੀਂ ਫਿਰ ਮੜ ਜਿੱਥੇ ਫਰੀਦਕੋਟ ਆਉਂਦਾ ਉਹ ਵੀ ਦੱਸੋ ਨਾ ਹੁਣ ਲੁਧਿਆਣਾ ਹਰ ਚੀਜ਼ ਵੇਚਦਾ ਲਾ ਕੇ ਮੋਰ ਜਪਾਨੀ ਵਿੱਚ ਲੀਡਰੀ ਫਰੀਦਕੋਟੀਏ ਰਹੇ ਸਦਾ ਤੋਂ ਬਾਨੀ ਸਭ ਤੋਂ ਵੱਧ ਮੁੱਖ ਮੰਤਰੀ ਉਤਰਦੇ ਹੋਏ ਨੇ ਲੁਧਿਆਣਾ ਹਰ ਚੀਜ਼ ਵੇਚਦਾ ਲਾ ਕੇ ਮੋਰ ਜਪਾਨੀ ਉਹ ਵਿੱਚ ਲੀਡਰੀ ਫਰੀਦਕੋਟੀਏ ਰਹੇ ਸਦਾ ਤੋਂ ਬਾਨੀ ਜਾਣ ਤੋਂ ਬਾਅਦ ਫਿਰੋਜ਼ਪੁਰੀਏ ਜ਼ਮੀਨ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਇਸ ਤਰ੍ਹਾਂ ਸਾਡੀ ਕੈਸਟ ਆਈ ਜਲੰਧਰ ਵੀ ਆਉਣ ਤੋਂ ਮੜਾ ਜਾਣ ਜਲੰਧਰ ਦਾ ਨੋਟਾਂ ਦੇ ਨਾਲ ਜੇਬਾਂ ਭਰ ਕੇ ਰੱਖਣ ਜਲੰਧਰ ਵਾਲੇ ਇਹਨੇ ਠੀਕ ਹੈ ਨਾ ਵਿੱਚ ਵਿਦੇਸ਼ਾਂ ਜਾ ਜਾ ਵਸ ਗਏ ਲਾ ਘਰਾਂ ਨੂੰ ਤਾਲੇ ਕਿਉਂਕਿ ਵੱਡੇ ਵੱਡੇ ਉੱਤੇ ਟੈਂਕੇ ਬਣਾਈਆਂ ਨੇ ਨਿਡਰ ਬਣ ਗੁਰਦਾਸਪੁਰੀਏ ਘਰ ਦੀ ਕੱਢਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਬਹੁਤ ਇੰਟਰਸਟਿੰਗ ਮਜਾਜਾ ਪੱਟੀ ਕੈਸਟ ਆਈ ਉਹ ਚ ਅਸੀਂ ਗੱਲ ਕੀਤੀ ਵੀ ਕਿਹੜੇ ਕਿਹੜੇ ਸ਼ਹਿਰ ਦੀ ਕਿੱਦਾਂ ਦੀ ਆਸ਼ਕੀ ਆ ਕਿਹੜੇ ਕਿਹੜੇ ਸ਼ਹਿਰ ਦੀ ਕੁੜੀ ਕੀ ਮੰਗਦੀ ਹੈ ਬੜੀ ਖੋਜ ਕਰਨੀ ਪੈਂਦੀ ਸਾਨੂੰ ਮਹਿੰਗੀ ਆਸ਼ਕੀ ਚੰਡੀਗੜ੍ਹ ਦੀ ਝੀਲ ਕਿਨਾਰੇ ਹੋਵੇ ਤੇ ਆਸ਼ਕ ਰੋਵੇ ਫੈਸ਼ਨ ਪੱਟੀ ਪਟਿਆਲੇ ਦੀ ਜਿੱਥੇ ਭੀੜ ਜੀ ਹੋਵੇ ਤੇ ਝੱਟ ਖਲੋਵੇ ਬਿਨਾਂ ਕਾਰ ਤੋਂ ਗੱਲ ਨਾ ਕਰਦੀ ਲੁਧਿਆਣੇ ਦੀ ਜਾਈ ਸਾਨੂੰ ਤਾਂ ਪਿੰਡ ਦੀ ਪਸੰਦ ਕੁੜੀ ਆਈ ਫਿਰ ਜਦੋਂ ਇਹ ਕੈਸਟ ਆ ਗਈ ਸਾਡੀ ਅਗਲੀ ਕੈਸਟ ਵਾਰਦਾਤ ਆਉਣੀ ਸੀ ਪਤਾ ਨੀ ਲੱਗਦਾ ਤੇ ਕਵਰ ਨੋਟ ਬੜਾ ਸੋਹਣਾ ਲਿਖਿਆ ਸੀ ਉਹਨਾਂ ਦਾ ਕਹਿਣਾ ਸਾਹਿਬ ਨੇ ਤੇ ਉਦੋਂ ਵੀ ਹੁਣ ਕੀ ਕਰੀਏ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਸਾਡੇ ਇੱਕ ਪ੍ਰੋਫੈਸਰ ਹੁੰਦੇ ਸ਼ੇਰ ਸਿੰਘ ਸ਼ੇਰ ਉਹ ਡਾਇਰੈਕਟਰ ਰਹੇ ਨੇ ਆਰੀ ਡਾ ਰੇਡੀਓ ਦੇ ਉਹ ਸਾਡੇ ਹੋਸਟਲ ਖਾਣਾ ਖਾਣ ਆਉਂਦੇ ਹੁੰਦੇ ਸੀ ਉਹ ਮੈਂ ਕਮਰ 'ਚ ਬੈਠਾ ਤੇ ਮੈਨੂੰ ਕਹਿੰਦੇ ਤੇਰਾ ਗੋਤ ਕੀ ਹੈ ਜੀ ਮੈਂ ਗਰੇਵਾਲ ਹਾਂ ਤੇ ਉਹਨਾਂ ਨੇ ਸਾਰਾ ਉਹਨਾਂ ਨੇ ਜੱਟਾਂ ਦੇ ਗੋਤ ਦੀ ਕਿਤਾਬ ਲਿਖੀ ਸੀ ਅੱਛਾ ਜੀ ਤੇ ਉਹ ਵੀ ਤੁਹਾਡੇ ਗਰੇਵਾਲ ਇੱਥੋਂ ਪੈਦਾ ਹੋਏ ਤੁਹਾਡੇ ਮੈਰਿਟਸ ਡੀਮੈਰਿਟਸ ਆਹ ਹੁੰਦੀਆਂ ਨੇ ਆਹ ਤੁਹਾਡੇ ਗਰੇਵਾਲ 'ਚ ਪੈਦਾ ਹੋਏ ਨੇ
ਦੇਖੋ ਉਦੋਂ ਦੀ ਗੱਲ ਸੁਣੀ ਹੋਈ ਮੇਰੀ ਸਾਲ 2001 ਚ ਮੇਰੇ ਦਿਮਾਗ ਚ ਆਈ ਮੈਂ ਯਾਰ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰ ਸਕਦੇ ਹਾਂ ਤਾਂ ਜੱਟਾਂ ਦੇ ਗੋਤਾਂ ਦੀ ਗੱਲ ਵੀ ਕਰ ਸਕਦੇ ਹਾਂ ਵੀ ਇਹ ਵੀ ਜੀ ਆਪਾਂ ਗੁਣੇ ਦੱਸੇ ਨੇ ਕਿਉਂਕਿ ਮਾੜਾ ਤਾਂ ਸੁਣਨਾ ਨਹੀਂ ਚਾਹੁੰਦਾ ਚੰਗਾ ਸੁਣਨਾ ਚਾਹੁੰਦੇ ਨੇ ਸਾਰੇ ਤੇ ਮੈਂ ਬਾਪੂ ਦੇ ਦੇਵਦੀਕਾ ਨੂੰ ਫੋਨ ਕੀਤਾ ਬਾਪੂ ਜੀ ਮੇਰੇ ਦਿਮਾਗ 'ਚ ਇੱਕ ਆਈਡੀ ਆ ਇਹਦਾ ਗੀਤ ਲਿਖਣਾ ਮੈਂ ਤਾਂ ਕੀ ਮੈਂ ਜੱਟਾਂ ਦੇ ਗੋਤਾਂ ਦੇ ਆਪਾਂ ਲਿਖਣਾ ਵੀ ਕਿਹੜੇ ਕਿਹੜੇ ਗੋਤ ਵਾਲੇ ਕੀ ਕਰਦੇ ਨੇ ਮੈਂ ਬਠਿੰਡੇ ਵਾਲਾ ਦੱਸੇ ਵੀ ਇੱਦਾਂ ਆਹ ਗੀਤ ਆ ਉਹਨਾਂ ਨੂੰ ਦੋ ਕਿਤਾਬਾਂ ਦੱਸੀਆਂ ਇੱਕ ਕੋਈ ਲੈਲ ਸੀ ਰਾਈਟਰ ਇੱਕ ਹੋਰ ਇੱਕ ਇੰਗਲਿਸ਼ 'ਚ ਇੱਕ ਪੰਜਾਬੀ 'ਚ ਮੈਨੂੰ ਕਹਿੰਦਾ ਦੋ ਕਿਤਾਬਾਂ ਨੇ ਆਹ ਲੈ ਕੇ ਆ ਉੱਥੋਂ ਮੈਂ ਲੈਲ ਬੁੱਕ ਉੱਥੋਂ ਲੈ ਕੇ ਜਾ ਲੈ ਕੇ ਆ ਤੇ ਮੈਂ ਉਹ ਕਹਿੰਦੀ ਮੈਨੂੰ ਪੜ੍ਹ ਕੇ ਆ ਚੀਜ਼ਾਂ ਨੋਟ ਕਰਕੇ ਦੇ ਮੈਂ ਟਾਣਾ ਸਾਹਿਬ ਇੱਕ ਸਾਲ ਦੋ ਇੱਕ ਸਾਲ ਆਪਦੀ ਗੱਡੀ 'ਚ ਰੱਖ ਲਿਆ ਪ੍ਰੋਗਰਾਮ 'ਤੇ ਜਾਣਾ ਮੈਂ ਪੜ੍ਹਨਾ ਸ਼ੁਰੂ ਕਰ ਦੇਣਾ ਉਹ ਚੀਜ਼ਾਂ ਅੰਡਰਲਾਈਨ ਕਰੀ ਜਾਣੀਆਂ ਫਿਰ ਮੈਂ ਦੋ ਤਿੰਨ ਪੇਜਾਂ 'ਤੇ ਉਹ ਲਿਖ ਕੇ ਦਿੱਤਾ ਉਹਨਾਂ ਨੂੰ ਵੀ ਚੰਗੇ ਮਾੜੇ ਪਾ ਕਹਿੰਦੇ ਲਿਖ ਕੇ ਦੇ ਮੈਨੂੰ ਗੋਤਾਂ ਦੇ ਅਤੇ 6 ਮਹੀਨੇ ਉਹਨਾਂ ਲਿਖਣ ਨੂੰ ਲਾਏ 1.5 ਸਾਲ ਦੇ ਵਿੱਚ ਇਹ ਗੀਤ ਤਿਆਰ ਹੋਇਆ ਅਤੇ ਲੋਕਾਂ ਨੇ ਪਸੰਦ ਵੀ ਬਹੁਤ ਕੀਤਾ ਅੱਜ ਵੀ ਜਿੱਥੇ ਜਾਂਦੇ ਹਾਂ ਕਿਉਂਕਿ ਜਦ ਇਹ ਸਾਨੂੰ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਮੇਰਾ ਹਰਿਆਣੇ 'ਚ ਪ੍ਰੋਗਰਾਮ ਸੀ ਪਾਣੀਪਤ ਕੋਲੇ ਅਤੇ ਉਹ ਸੰਧੂ ਸੀ ਨਾਨਕੇ ਉਹ ਮੁੰਡੇ ਦਾ ਫਾਦਰ ਆ ਕਹਿੰਦੇ ਸੰਧੂ ਦੀ ਗੱਲ ਕਰੋ ਕੋਈ ਮੈਂ ਉਹ ਕਹਤਾ ਗਿੱਲ ਮਨ ਸੰਧੂ ਕਹਿੰਦੇ ਗਰੇਵਾਲ ਵੀ ਕਦੇ ਕਦੇ ਗੜ੍ਹ ਦੇ ਗੁੱਸੇ 'ਚ ਗਾਲ ਵੀ ਉਹ ਸਾਰਾ ਨਾਨਕਾ ਪਰਿਵਾਰ ਮੇਰੇ ਪਿੱਛੇ ਖੜ ਗਿਆ ਕੇ ਉਹ 15 ਮਿੰਟ ਮੈਨੂੰ ਕਹਿੰਦੇ ਆਹੀ ਰਿਪੀਟ ਕਰੀ ਜਾ ਫਿਰ ਉਦੋਂ ਅੱਜ ਲਾਲਮਾ ਗੀਤ ਹਿੱਟ ਹੋਊਗਾ ਜਿਹੜੇ ਇਹਨੂੰ ਆਪਦੀ ਗੱਲ ਚੰਗੀ ਲੱਗੀ ਇਸ ਗੋਤ ਸਾਰਿਆਂ ਨੂੰ ਚੰਗੇ ਲੱਗਣ ਸਾਨੂੰ ਵੀ ਇਹ ਗੀਤ ਬਹੁਤ ਚੰਗਾ ਲੱਗਦਾ ਆਉਣ ਦਿਓ ਹੁਣ ਮੈਂ ਸੁਣਾਉਣਾ ਜੀ ਪਰ ਥੋੜਾ ਹੁਣ ਟਹਿਣਾ ਨਾ ਕਿਉਂ ਇਹ 'ਚ ਕਿਉਂਕਿ ਹਲੇ ਟਹਿਣਾ ਦੂਜੇ ਪਾਰਟ ਦੇ ਵਿੱਚ ਸੁਣੋ 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 ਰੌਲਾ ਕਰੋ ਬੰਦ ਬਈ ਜੱਟਾਂ ਦੇ ਆ ਗੋਤਾਂ ਬਾਰੇ ਸੁਣੋ ਛੰਦ ਬਈ ਗੋਤ ਖਾਨਦਾਨ ਨੇ ਪਛਾਣ ਜੱਟ ਦੀ ਹੁੰਦੀ ਆ ਜ਼ਮੀਨ ਜਿੰਦ ਜਾਨ ਜੱਟ ਦੀ ਫੇਰ ਨਾ ਉਲਾਂਭਾ ਦਿਓ ਮੈਨੂੰ ਕੱਲ ਨੂੰ ਕੰਨ ਖੋਲ ਸੁਣ ਲਓ ਸੁਖੀ ਦੀ ਗੱਲ ਨੂੰ ਉਹ ਬਾਜਵੇ ਰੰਧਾਵੇ ਵੀਰ ਕਿਤੇ ਜੌਲ ਬਈ ਬਾਜਵੇ ਰੰਧਾਵੇ ਵੀਰ ਕਿਤੇ ਜੌਲ ਬਈ ਲੜਨ ਚ ਕਰ ਦੇ ਕਦੇ ਨਾ ਖੋਲ ਬਈ ਉਹ ਬਾਜਵੇ ਰੰਧਾਵੇ ਵੀਰ ਕਿਤੇ ਜੌਲ ਬਈ ਲੜਨ ਚ ਕਰ ਦੇ ਕਦੇ ਨਾ ਖੋਲ ਬਈ ਟੌਰ ਨਾਲ ਵਿੱਚ ਤਾਂ ਪੰਜਾਬ ਰਹਿੰਦੇ ਨੇ ਉਹ ਪੰਜਾਬ ਰਹਿੰਦੇ ਨੇ ਚਰ ਇਹ ਕਿਸੇ ਦਾ ਨਾ ਰੋਬ ਸਹਿੰਦੇ ਨੇ ਉਹ ਚਰ ਇਹ ਕਿਸੇ ਦਾ ਨਾ ਰੋਬ ਸਹਿੰਦੇ ਨੇ ਜਿੰਨਾ ਫਰੀਦਕੋਟ ਦੀ ਗੱਲ ਕਰਾਈ ਸੀ ਮੈਂ ਗਰੇਵਾਲ ਮੈਂ ਉਹਨਾਂ ਦੀ ਗੱਲ ਜ਼ਰੂਰ ਕਰਦਾ ਹੁੰਦਾ ਜੀ ਜ਼ਰੂਰ ਗਿੱਲ ਮਾਨ ਸੰਧੂ ਕਹਿੰਦੇ ਗਰੇਵਾਲ ਬਈ ਗਿੱਲ ਮਾਨ ਸੰਧੂ ਕਹਿੰਦੇ ਗਰੇਵਾਲ ਬਈ ਕਦੇ ਕਦੇ ਕਾਢੇ ਦੇ ਗੁੱਸੇ ਚ ਗਾਲ ਬਈ ਉਹ ਗਿੱਲ ਮਾਨ ਸੰਧੂ ਕਹਿੰਦੇ ਗਰੇਵਾਲ ਬਈ ਕਦੇ ਕਦੇ ਕਾਢੇ ਦੇ ਗੁੱਸੇ ਚ ਗਾਲ ਬਈ ਚਿੱਟੀ ਚੰਡੀ ਇਨਾ ਦੀ ਹਮੇਸ਼ਾ ਝੁੱਲਦੀ ਓਏ ਹਮੇਸ਼ਾ ਝੁੱਲਦੀ ਚਾਰੇ ਗੱਲ ਕਰਦੇ ਨੇ ਸਦਾ ਮੁੱਲ ਦੀ ਉਹ ਚਾਰੇ ਗੱਲ ਕਰਦੇ ਨੇ ਸਦਾ ਮੁੱਲ ਦੀ ਢੀਂਡਸੇ ਤੇ ਅੱਜ ਸਮਝ ਢੁਕਦਾ ਵੀ ਆ ਦੇਖੋ ਤੁਸੀਂ ਢੀਂਡਸੇ ਤੇ ਸਿੱਧੂ ਢਿੱਲੋਂ ਤੇ ਬਰਾੜ ਬਈ ਢੀਂਡਸੇ ਤੇ ਸਿੱਧੂ ਢਿੱਲੋਂ ਤੇ ਬਰਾੜ ਬਈ ਰਾਜਨੀਤੀ ਵਿੱਚ ਸਿਰੇ ਦੇ ਕਰਾੜ ਬਈ ਢੀਂਡਸੇ ਤੇ ਸਿੱਧੂ ਕਿਉਂਕਿ ਕੈਪਟਨ ਸਾਹਿਬ ਸਿੱਧੂ ਜੀ ਤੇ ਢਿੱਲੋਂ ਹੋਰ ਸਿੱਧੂ ਇੱਕ ਹੋਰ ਸਿੱਧੂ ਇੱਕ ਹੋਰ ਸਿੱਧੂ ਹੁਣ ਤਾਂ ਕਈ ਸਿੱਧੂ ਹੁਣ ਤਾਂ ਕਈ ਮਲਟੀਪਲ ਸਿੱਧੂ ਉਹਦੇ ਤੇ ਬਾਦਲ ਸਾਹਿਬ ਢਿੱਲੋਂ ਜੀ ਟੀ ਸਾਹਿਬ ਨੂੰ ਪਤਾ ਹੀ ਹੈ ਉਹ ਵੀ ਹੁਣ ਪੂਰਾ ਜੋਰ ਲਾਇਆ ਹੈ ਢੀਂਡਸੇ ਤੇ ਸਿੱਧੂ ਢਿੱਲੋਂ ਤੇ ਬਰਾੜ ਬਈ ਰਾਜਨੀਤੀ ਵਿੱਚ ਸਿਰੇ ਦੇ ਕਰਾੜ ਬਈ ਉਂਗਲਾਂ ਦੇ ਉੱਤੇ ਦੁਨੀਆ ਨਚਾਉਂਦੇ ਨੇ ਓਏ ਦੁਨੀਆ ਨਚਾਉਂਦੇ ਨੇ ਚਾਰੇ ਇਹ ਕੁਰਸੀ ਨੂੰ ਹੱਥ ਪਾਉਂਦੇ ਨੇ ਓ ਚਾਰੇ ਇਹ ਕੁਰਸੀ ਨੂੰ ਹੱਥ ਪਾਉਂਦੇ ਨੇ ਭਾਜੀ ਇਹ ਲੱਗਦਾ ਵੀ ਅਸੀਂ ਨਾ ਕਿਸੇ ਸੱਭਿਆਚਾਰਕ ਮੇਲੇ ਚ ਬੈਠੇ ਹਾਂ ਤੁਸੀਂ ਬੜਾ ਸੋਹਣਾ ਗਾ ਰਹੇ ਐਕਚੁਲੀ ਮੈਨੂੰ ਟਾਣਾ ਸਾਹਿਬ ਇਸ ਗੱਲ ਦੀ ਖੁਸ਼ੀ ਹੈ ਚਾਹੇ ਉਹਨੂੰ ਪੜ੍ਹਾਈ ਲਿਖਾਈ ਕਹਿ ਲਓ ਜਾਂ ਤੁਸੀਂ ਸੋਸਾਇਟੀ ਦਾ ਸੰਗਤ ਦਾ ਆਪਾਂ ਨਾ ਅਸਰ ਕਹਿ ਲਓ ਤੇ ਮੈਂ ਨਾ ਜਿੰਨੇ ਚਿਰ ਚੀਜ਼ਾਂ ਪੜ੍ਹੀਆਂ ਕਿਤਾਬਾਂ 'ਚ ਗੱਲਾਂ ਤੇ ਉਹ ਮੈਂ ਉਹਨਾਂ ਨੂੰ ਗੀਤਾਂ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਹੁਣ ਕਿਤਾਬਾਂ ਪੜ੍ਹਨ ਦਾ ਸ਼ੌਂਕ ਘੱਟ ਹੈ ਜਿਹਨੂੰ ਗੀਤ ਦਾ ਰੂਪ ਦੇ ਦਿਉ ਉਹ ਕਿਤੇ ਨਾ ਕਿਤੇ ਵੱਜਦਾ ਸੁਣ ਜਾਂਦਾ ਚਾਹੇ ਬਠਿੰਡੇ ਵਾਲੇ ਉਹ ਵੀ ਹੁਣ ਉਦੋਂ ਜਦੋਂ ਬਠਿੰਡੇ ਦਾ ਗੀਤ ਅਸੀਂ ਗਾਇਆ ਉਦੋਂ MP ਦਾ ਇਲੈਕਸ਼ਨ ਸਭ ਤੋਂ ਵੱਧ ਜਿਹੜੇ ਅਸਲਾ ਜਮ੍ਹਾਂ ਕਰਾਉਂਦੇ ਨੇ ਨਾ ਸਭ ਤੋਂ ਵੱਧ ਲਸਾਂਸ ਬਠਿੰਡੇ ਦੇ ਨਿਕਲੇ ਸੀ ਆ ਇੱਕ ਟਰਮ ਤੋਂ ਪਹਿਲਾਂ ਗੁਰਦਾਸਪੁਰੋਂ ਨਿਕਲੇ ਸੀ ਉਦੋਂ ਅਖਬਾਰ 'ਚ ਖਬਰ ਵੀ ਲੱਗੀ ਸੀ ਵੀ ਹੁਣ ਗਾਣਾ ਪੜਾਓ ਗੁਰਦਾਸਪੁਰ ਹੀ ਰਫਲਾਂ ਰੱਖਣ ਦੇ ਸ਼ੌਕੀ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਮਨਾਂ 'ਚ ਜਿਵੇਂ ਆਪਾਂ ਕਹਿੰਦੇ ਯਾਦ ਰਹਿੰਦੀਆਂ ਨੇ ਤੁਹਾਡੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਵੱਸ ਜਾਂਦੀਆਂ ਨੇ ਚੀਜ਼ਾਂ
पर जो आप रफलां की गल करते हैं अज के टाइम की जो गायकी की गल करिए अज बहुत सारे गाने अणगिणत जेडे हथियार वाले गीत ने कुछ क गायक यहो जे होंगे जिन्हों के मूहों हथियार की गल थोड़ी चुभती है थोड़ी अजीब जी लगती है तुम भी उन्होंने एक गल हथियार ने नहीं की शौक की टाइटल शौक पंजाबियों बिल्कुल शौक तत्थ तो मैं पहले ही दसिया ना उदो जो लसंस देखो एक साढ़े पंजाबियों की एक पहचान खाना पीना पहनना शौक पूरने थार जी पो हर घर की शिंगार बनी हुई है पहला बलैरो होंगी जी सफारी होंगी सी ये साढ़े शौक ने क्योंकि यह हथियार जरूरी नहीं तुम लोगों मारने ही वरतते आप स्वै रखा भी करते हैं थोड़ी हम मैं गीत गाया सीगा गुस्से दे विच आके नहीं हथियार चलाउना चाहिदा पैसा रखिए सांभ के बहुता नहीं अड़ाउना चाहिदा दोवे चीजा परदा मंगदिया परदे विच ही कजो ओ पैसा ते हथियार दोस्तो लोड़ पैण ते कड्डो पैसा ते हथियार दोस्तो लोड़ पैण ते कड्डो जिथे जरूरत नहीं ते उथे घातक हुंदा बिल्कुल अज ना तुहाडे आउण तों पहला मैं हरमन जी नूं दस रिहा सी कि सुखविंदर सुखी बाई दे नाल पहली वार गुरलेज अख्तर दा गीत आया सी पंजाबी गायकी दे विच कैसेट दे दौर दे विच पैर धरावा सुखविंदर सुखी ने कराया गुरलेज अख्तर दा ओह सारी कहानी बाजी दस्सियो हाँ तो चलो मैं तो एड्डा वड्डा है नहीं किसी का पैर धरावा कर सकता मैं तो अजे आप जगह लभदा फिरदा पैर धरन नूं ते कई बार रहना साहब सबब बनना होंदा जिवें पहला मैं दस्सिया भी भला भाई दे घरे मेरा सबब बनिया मान साहब ने सुनिया मैनूं उत्थे ते पुखराज दी लोहड़ी ते इस तरह ने कोई स्कूलां दा कंपीटीशन सीगा उदों गुरलेज पत्र दसवीं सी प्लस वन जां प्लस टू च को मैंने इन्हां नूं पता असीं मैं जजमेंट ते गया नाल सिंधी लभा जी सी इक आर्टिस्ट होर सीगे ते उह जदों बाकी सारे ने बच्चे ने परफॉर्म किया जदों गुरलेज ने गाया पूरी ठोस आवाज कैसी परफॉर्मेंस ते मैनूं परसनली बड़ी चंगी लगी परिवारक कमाल उहनां दी हाँ नहीं क्योंकि खानदानी काम है ना उहनां दा परिवारक पछोकड़े दे फादर साहब बहुत अच्छे ढोलक रिदम प्लेयर हुंदे सीगे बड़ा नौ सी उहनां दा ते उस तों बाद जो दस्सिया जी उहनां दी बेटी आ इह ते मैं जदों स्टेज ते गया कुदरत दे मन च गल हुंदी है मैं कहा भी आह बच्ची ने ऐसा गाया भी तां प्रोफेशनल सिंगर बनन वाली आ भी मैं सोलो गाउणा पर मैं ड्यूट नहीं गाउंदा हाँ कि मैं इन फ्यूचर इस कैरियर च कोई ड्यूट कैसेट कीती तां मैं इस बच्ची नूं जरूर गवाऊंगा मैं स्टेज ते कह के आया फिर उह सियाणे कहिंदे ने तुसीं बोल पगाउणे भी चाहीदे ने आपदे कहे तां खरे भी उतरने चाहीदे हो ते उह करदे कराउंदे 2002-03 दे विच मेरा मुंडा रामा ते देवेंद्र हुंदे सीगे उदों राजबराड़ साहब दीआं कैसटां ड्यूट आईआं लागदी बच्ची होर काफ़ी हिट होईआं ते उह मैनूं हसण लग्गे भाजी आपां ड्यूट कैसेट करिए मां आपां ड्यूट गाउण वाले थोड़ा अपना काम वधिया रोड़ा ते जरूरी पंगा लैणा उहने नहीं आपां करिए असीं भी एक उह भी ड्यूट इस करके भी कीती सी आम तौर ते ड्यूटां नूं दो डबल मीनिंग वाले गीत समझा जांदा भी पर परिवार च सुणन वाले नहीं हुंदे घर हुण तां बहुत अच्छे अच्छे ड्यूट आ रहे ने ते असीं उह तुरदे फिरदे ने बिजी बहुत हुंदे सी असीं गड्डी दे विच बैठे ने फोन करके असीं मैटर इकट्ठा कर लिया कंपोजिशनां कर लियां आप ही उहदा सीक्वेंस रिदम करवा लिया लाल कमल भाई दे म्यूजिक करवा लिया ਜਦੋਂ ਡਬਿੰਗ ਕਰਾਉਣੀ ਸੀ ਮੈਂ ਉਦੋਂ ਬੀਜੀ ਬਹੁਤ ਹੁੰਦਾ ਸੀ ਪ੍ਰੋਗਰਾਮਾਂ 'ਤੇ ਮੈਨੂੰ ਤਾਂ ਉਹ ਜਦੋਂ ਸਟੂਡੀਓ ਗਿਆ ਅਤੇ ਉਹ ਕਮਲ ਭਾਅ ਜੀ ਕਹਿੰਦੇ ਆ ਜਾ 2 ਮਿੰਟ ਵੀ ਆ ਸੁਣ ਲਾ ਗਾਣਾ ਡੱਬ ਕਰਾਇਆ ਮੈਂ ਗਿਆ ਬਹੁਤ ਵੱਡੀ ਫੀਮੇਲ ਸਿੰਗਰ ਆ ਪੰਜਾਬ ਦੀ ਉਹ ਵੀ ਅੱਜ ਵੀ ਉਹਨੂੰ ਲੋਕ ਸੁਣਦੇ ਨੇ ਅਤੇ ਉਹਨਾਂ ਨੂੰ ਬੁਲਾ ਕੇ ਉਹ ਗਾਣਾ ਅੱਗੇ ਡੱਬ ਕਰਾ ਲਿਆ ਅਤੇ ਮੈਂ ਕਮਲ ਭਾਅ ਜੀ ਨੇ ਕਿਹਾ ਭਾਅ ਜੀ ਬਹੁਤ ਅੱਛੀ ਸਿੰਗਰ ਆ ਮੈਨੂੰ ਕਹਿੰਦਾ ਸੁਣ ਬਾਜ ਕਿੱਦਾਂ ਲੱਗਦੀ ਤੇਰੇ ਨਾਲ ਮੈਚ ਕਰਦੀ ਆ ਮਹਾਰਾਜ ਜੀ ਮੇਰੇ ਤੋਂ ਤਾਂ ਬਹੁਤ ਸੁਰੀਲੇ ਨੇ ਪਰ ਮੈਂ ਭਾਅ ਜੀ ਨੂੰ ਗੱਲ ਸੁਣ ਕਹਿੰਦੇ ਹਾਂ ਮੈਂ ਕਿਹਾ ਮੈਂ ਨਾ ਇੱਕ ਇੱਦਾਂ ਉਹ ਕੰਪਟੀਸ਼ਨ ਦੇ ਇੱਕ ਕੁੜੀ ਨੂੰ ਸੁਣਿਆ ਸੀ ਮੈਂ ਕਹਿ ਕੇ ਆਇਆ ਸੀ ਵੀ ਉਹਨੂੰ ਗਵਾਉਣਾ ਵੀ ਮੈਂ ਗਾਣਾ ਉਹ ਤੋਂ ਡਿਊਟ ਕੈਸਟ ਕਰਾਉਣਾ ਮੈਂ ਤਾਂ ਸੋਚਿਆ ਵੀ ਉਹ ਤੋਂ ਡੱਬ ਕਰਾਉਣੀ ਆ ਮੈਂ ਕਹਿੰਦੇ ਇਹ ਫਿਰ ਮਾਜੀ ਇਹਨਾਂ ਨੂੰ ਤੁਸੀਂ ਖਰਚਾ ਪਾਣੀ ਦੇ ਕੇ ਤੋੜ ਦਿਓ ਆਪਾਂ ਤੁਹਾਨੂੰ ਇੱਕ ਦਿਨ ਦਾ ਟਾਈਮ ਲਓ ਮੈਂ ਮੁੰਡੇ ਨੂੰ ਦਵਿੰਦਰ ਨੂੰ ਕਿਹਾ ਮਾਜੀ ਇੱਦਾਂ ਵੀ ਮੈਂ ਉੱਥੇ ਸੁਣਿਆ ਸੀ ਲੜਕੀ ਕੋਈ ਵੀ ਮੈਨੂੰ ਨੌਨ 'ਚ ਮੈਨੂੰ ਪਿੱਛੇ ਅਖਤਰ ਪਤਾ ਮੈਨੂੰ ਪੂਰਾ ਪਹਿਲਾਂ ਨੌਨ ਸੀ ਮੈਨੂੰ ਪਤਾ ਅਤੇ ਕਹਿੰਦਾ ਭਾਅ ਜੀ ਉਹ ਗੁਰਲੇਜ ਅਖਤਰ ਆ ਕਹਿੰਦਾ ਹਾਂ ਪੜ੍ਹਦੀ ਆ ਉਹ ਮੇਰਾ ਕਹਿੰਦਾ ਗੁਆਂਢ 'ਚ ਰਹਿੰਦਾ ਮੈਂ ਮਾਜਾ ਲੱਭ ਕੇ ਲਿਆ ਫਿਰ ਤੁਸੀਂ ਚਲੋ ਕੈਸਟ ਸਾਰੀ ਡੱਬ ਕੀਤੀ ਮੈਨੂੰ ਲੱਗਦਾ ਮੈਂ ਡੱਬ ਤੇ ਗਿਆ ਵੀ ਨਹੀਂ ਮੈਂ ਬਿਜ਼ੀ ਹੁੰਦਾ ਸੀ ਉਹ ਲਾਲ ਕਮਲ ਭਾਅ ਜੀ ਨੇ ਡੱਬ ਕਰਵਾ ਲਈ ਅਤੇ ਅਸੀਂ ਉਹਨੂੰ ਬੁਲਾ ਕੇ ਉਹ ਗਾਣਾ ਕੈਸਟ ਰਿਲੀਜ਼ ਕੀਤੀ ਸ਼੍ਰੀ ਮੁੰਡਾ ਦਾ ਟਾਈਟਲ ਸੀਗਾ ਅਤੇ ਗਾਣਾ ਬਹੁਤ ਹਿੱਟ ਹੋਇਆ ਅੱਜ ਵੀ ਸਾਡੀ ਸਟੇਜ 'ਤੇ ਗਾਣਾ ਚੱਲਦਾ ਕਦੇ ਡੀਜੇ ਦੀ ਆਵਾਜ਼ ਦਾ ਸੁਣਿਆ ਜਾਂਦਾ ਫੇਰ ਕਿਹੜਾ ਕਾਲ ਜਾਂਦੇ ਮੁੰਡੇ ਮਾੜੇ ਨੇ ਬਹੁਤ ਹੱਸਿਆ ਨਾ ਕਰ ਹੱਸਣਾ ਤਾਂ ਮੇਰਾ ਸੁਭਾਅ ਮੁੰਡੇ ਮੈਂ ਦਿਲ ਤੋਂ ਲਾਲ ਤੋਂ ਗੁਰਲੇਜ ਅਖਤਰ ਦੀ ਜਿੰਨਾ ਮੈਨੂੰ ਇਹ ਲੱਗਦਾ ਵੀ ਜਿੰਨਾ ਕਦੋਂ ਮੇਰਾ ਨਾਂ ਸੀ ਮੈਨੂੰ ਲੱਗਦਾ ਮੇਰਾ ਬਹੁਤ ਵੱਡਾ ਨਾਂ ਸੀ ਪਰ ਜਿੰਨਾ ਕਦੋਂ ਮੇਰਾ ਨਾਂ ਸੀ ਉਹ ਜਦੋਂ ਕੈਸਟ ਨਾਲ ਹੀ ਤਾਂ ਮਤਲਬ ਉਨਾ ਕੁ ਨਾਂ ਗੁਰਲੇਜ ਦਾ ਉਦੋਂ ਬਣ ਗਿਆ ਤੇ ਉਸ ਤੋਂ ਬਾਅਦ ਕਿੰਨੇ ਚਿਰ ਮਗਰੋਂ ਮੁਲਾਕਾਤ ਹੋਈ ਤੁਹਾਡੀ ਹਾਂ ਉਹ ਗਾਣਾ ਅਸੀਂ ਕੈਸਟ ਡੱਬ ਕਰ ਲਈ ਉਦੋਂ ਬਾਅਦ ਮਿਲਿਆ ਉਹਨੂੰ ਜਦੋਂ ਅਸੀਂ ਗਾਣਾ ਸ਼ੂਟ ਕਰਨਾ ਸੀਗਾ ਉਦੋਂ ਮੈਂ ਮਿਲਿਆ ਹੁਣ ਵੀ ਗਾਹੇ ਬਗਾਹੇ ਗੱਲਬਾਤ ਹੋ ਜਾਂਦੀ ਹੈ ਹਾਂਜੀ ਬਿਲਕੁਲ ਦੋਨੇ ਕਹਿਲੀ ਤਾਂ ਦੋਨੇ ਬੜੇ ਨੈਸ ਨੇ ਬੜਾ ਸਤਿਕਾਰ ਕਰਦੇ ਨੇ ਹੁਣ ਵੀ ਕਿਤੇ ਫੰਕਸ਼ਨ ਪਾਰਟੀ ਦੀ ਜਾਂ ਵੈਸੇ ਕਿਤੇ ਕੋਈ ਕਲਾਕਾਰਾਂ ਦਾ ਕਿਤੇ ਜਾਣਾ ਹੋਣਾ ਮੀਟਿੰਗ ਹੋਵੇ ਉੱਥੇ ਮਿਲ ਜਾਂਦੇ ਹਾਂ ਸਾਨੂੰ ਤਾਂ ਉਹ ਮੈਨੂੰ ਕਹਿੰਦੇ ਰਹੇ ਭਾਅ ਜੀ ਕਰੋ ਤੁਸੀਂ ਹੁਣ
ਜਦੋਂ ਤੁਸੀਂ ਕਰ ਲਿਆ ਹੁਣ ਤੁਸੀਂ ਕਰਦੇ ਨਹੀਂ ਤੇ ਹੁਣ ਉਮੀਦ ਹੈ ਵੀ ਦੋ ਡਿਊਟ ਗਾਣੇ ਰੈਡੀ ਪਏ ਨੇ ਬਸ ਉਹਦੀ ਮੇਰੀ ਡਬਿੰਗ ਹੋ ਗਈ ਰੈਡੀ ਹੈ ਬਸ ਕਿੰਨੇ ਚਿਰ ਬਾਅਦ ਤੁਸੀਂ ਇਹ ਸੋਚ ਰਹੇ ਹਾਂ ਨਹੀਂ ਤਾਂ ਮਾੜੀ ਜੀ ਕੈਸਟ ਹਿੱਟ ਹੋਵੇ ਸ਼ਰੀਫ ਮੁੰਡਾ ਤੂੰ 2 ਸ਼ਰੀਫ ਮੁੰਡਾ 3 ਹੁਣ ਤੱਕ ਤਾਂ 18 20 ਮੁੰਡੇ ਹੋਣੇ ਸੀ ਬਹੁਤ ਜ਼ਿਆਦਾ ਸ਼ਰੀਫ ਨਹੀਂ ਮੈਨੂੰ ਟਾਣਾ ਸਾਹਿਬ ਉਦੋਂ ਇੰਨੀਆਂ ਆਫਰਸ ਆਈਆਂ ਇਸ ਕੈਸਟ ਤੋਂ ਬਾਅਦ ਵੱਡੀਆਂ ਵੱਡੀਆਂ ਕੰਪਨੀ ਵੱਲੋਂ 8-8 10 ਲੱਖ ਰੁਪਈਆ 2003-4 ਦੀ ਮੈਨੂੰ ਆਫਰ ਸੀ ਵੀ ਤੁਸੀਂ ਮਾਸਟਰ ਬਣਾ ਕੇ ਦੇ ਦਿਓ ਪਰ ਮੈਂ ਮਨਾ ਕਰਦਾ ਰਿਹਾ ਉਹਦਾ ਕਾਰਨ ਇਹ ਸੀ ਜੇ ਉਦੋਂ ਮੈਂ ਉਸ ਕੈਸਟ ਤੋਂ ਬਾਅਦ ਜੇ ਮੈਂ 2 ਹੋਰ ਡਿਊਟ ਕੈਸਟਾਂ ਲਗਾਤਾਰ ਦਿੰਦਾ ਤਾਂ ਮੈਂ ਸੁਖਵਿੰਦਰ ਸੁੱਖੀ ਸੋਲੋ ਸਿੰਗਰ ਨਹੀਂ ਸਿੰਗਰ ਸੁਖਵਿੰਦਰ ਸੁੱਖੀ ਦੇ ਨਾਲ ਇੱਕ ਹੋਰ ਫਲਾਨੀ ਕੌਰ ਇੱਕ ਜੋੜੀ ਬਣ ਜਾਣੀ ਸੀ ਤੇ ਫਿਰ ਮੈਨੂੰ ਸਟੇਜ ਤੇ ਵੀ ਜੋੜੀ ਨਾਲ ਜਾਣਾ ਪਿਆ ਕਰਨਾ ਸੀ ਤੇ ਮੈਨੂੰ ਕੈਸਟ ਵੀ ਡਿਊਟੀ ਕਰਨੀ ਪੈਣੀ ਸੀ ਕਿਉਂਕਿ ਦੇਖੋ ਪੂਜਾ ਮਾਰਕੀਟ 'ਚ ਆਈ ਉਹ ਕਿੰਨੇ ਕਲਾਕਾਰ ਉਦੋਂ ਵਿਖੇ ਵੀ ਕੈਸਟਾਂ ਮੈਂ ਹਿੱਟ ਵੀ ਹੋਈਆਂ ਉਦੋਂ ਕਰਮਜੀਤ ਪੁਰੀ ਸਾਹਿਬ ਉਹਨਾਂ ਲਾਲ ਕਮਲ ਜੀ ਉਹਨਾਂ ਨੇ ਕਿੰਨਾ ਡਿਊਟੀ ਦਾ ਕੰਮ ਕੀਤਾ ਕਿੰਨੇ ਸਾਲ ਲਗਾਤਾਰ ਕੀਤਾ ਕਿੰਨੇ ਕਲਾਕਾਰ ਮਾਰਕੀਟ ਨੂੰ ਦਿੱਤੇ ਅੱਜ ਉਹ ਕਿੱਥੇ ਨੇ ਮਤਲਬ 1-2 ਹੋਣਗੇ ਉਹਨਾਂ ਦੇ ਵਿੱਚੋਂ ਜਿਹੜੇ ਸਰਵਾਈਵ ਕਰ ਰਹੇ ਨੇ ਮਤਲਬ ਜਿਨ੍ਹਾਂ ਦੇ ਵਿੱਚ ਆਪਦਾ ਕੁਛ ਸੀਗਾ ਜਿਹੜੇ ਬਿਲਕੁਲ ਫੌੜੀਆਂ ਫੜ ਕੇ ਪੂਜਾ ਦੀਆਂ ਤੁਰੇ ਤੇ ਉਹ ਫੌੜੀਆਂ ਛੁੱਟ ਗਈਆਂ ਤੇ ਉੱਥੇ ਬਹਿ ਗਏ ਉਹ ਤੇ ਜੇ ਉਹ ਮੈਨੂੰ ਉਦੋਂ ਹਾਲਾਂਕਿ ਨੁਕਸਾਨ ਹੋਇਆ ਗਾਣਾ ਹਿੱਟ ਹੋਣ ਤੋਂ ਬਾਅਦ ਜਿਹੜੇ ਪੁਰਾਣ ਮਾਲ ਦਾ ਭਾਜੀ ਕੁੜੀ ਲਿਆਏਗੇ ਤੁਸੀਂ ਪੈਸੇ ਹੋਰ 20-30 ਹਜ਼ਾਰ ਦੇ ਲੈਣਾ ਵਧਾ ਲਓ ਮੈਂ ਕਿਹਾ ਨਹੀਂ ਮੈਂ ਪ੍ਰੋਗਰਾਮ ਛੱਡ ਦਿੰਦਾ ਸੀ ਪਰ ਮੈਂ ਕਦੇ ਇਹ ਨਹੀਂ ਸੀਗਾ ਮੈਂ ਕੁੜੀ ਲੈ ਕੇ ਹਾਂ ਬਿਲਕੁਲ ਇਹ ਵੀ ਇੱਕ ਕਮਾਲ ਦੀ ਗੱਲ ਆ ਅੱਜ ਤੱਕ ਮੇਰੇ ਖਿਆਲ ਤੁਸੀਂ ਆਪਦੇ ਗਾਇਕੀ ਸਫ਼ਰ ਦੇ ਵਿੱਚ ਮੰਚ ਦੇ ਉੱਤੇ ਕੁੜੀ ਦੇ ਨਾਲ ਸਟੇਜ ਨਹੀਂ ਸਾਂਝੀ ਕੀਤੀ ਮੈਂ ਤਾਂ ਪਿੱਛੇ ਕਿ ਮੇਰੇ ਨੱਚਦਾ ਹੋਵੇ ਮੈਨੂੰ ਤਾਂ ਪਰਫਾਰਮ ਕਰਨਾ ਔਖਾ ਹੁੰਦਾ ਕਿਉਂਕਿ ਮੇਰੀ ਆਪਦਾ ਇੱਕ ਸਟਾਈਲ ਆ ਸਟੇਜ ਕਰਨ ਦਾ ਵੀ ਮੈਂ ਕਿਵੇਂ ਸਟੇਜ ਕਰਦਾ ਵੀ ਲੋ ਮੈਂ ਸਟੇਜ ਤੇ ਜਾਣਾ ਵੀ ਪਹਿਲਾਂ ਪੌਣਾ ਘੰਟਾ ਘੰਟਾ ਕੋਈ ਬਜ਼ੁਰਗਾਂ ਦੀਆਂ ਚੰਗੇ ਜਿਹੜੇ ਸਰੋਤੇ ਬੈਠੇ ਨੇ ਉਹਨਾਂ ਨੂੰ ਮੈਂ ਪੌਣਾ ਘੰਟਾ ਸੁਣਾਉਣਾ ਉਸ ਤੋਂ ਬਾਅਦ ਫਿਰ ਮੁੰਡਿਆਂ ਨੂੰ ਨਚਾਈਦਾ ਫਿਰ ਜੋੜੀ ਨੂੰ ਨਚਾਈਦਾ ਕੁੜੀਆਂ ਭੈਣਾਂ ਨੂੰ ਨਚਾਈਦਾ ਮਤਲਬ ਇੱਕ ਸਟਾਈਲ ਆ ਮੇਰਾ ਆਪਦਾ ਸਟੇਜ ਕਰਦਾ ਵੀ ਮੈਂ ਡਿਸਟਰਬ ਨਹੀਂ ਹੋਣਾ ਚਾਹੁੰਦਾ ਡਿਊਟੀ ਤਾਂ ਮੈਂ ਬਿਲਕੁਲ ਨਹੀਂ ਗਾ ਸਕਦਾ ਵੀ ਮੈਂ ਮੋਢਾ ਮਾਰ ਕੇ ਜਾਂ ਅੱਖ ਨਾਲ ਇੱਦਾਂ ਇਸ਼ਾਰਾ ਕਰਕੇ ਡਿਊਟੀ ਕਰਾਂ ਮੈਂ ਲੱਗਦਾ ਮੇਰੀ ਫਿਤਰਤ ਨਹੀਂ ਉਹ ਤੇ ਮੈਂ ਆਪਦੇ ਆਪਦਾ ਕੰਮ ਨਹੀਂ ਸਮਝਦਾ ਜੀ ਇੰਨਾ ਲੰਬਾ ਗਾਇਕੀ ਸਫ਼ਰ ਹੈ ਨਾ ਪਰ ਕਈ ਵਾਰ ਹੁੰਦਾ ਬੰਦੇ ਦੀਆਂ ਬਹੁਤ ਸਾਰੀਆਂ ਖੁਆਇਸ਼ਾਂ ਅਧੂਰੀਆਂ ਰਹਿ ਜਾਂਦੀਆਂ ਨੇ ਬੰਦਾ ਸੋਚਦਾ ਬਹੁਤ ਕੁਝ ਹੈ ਪਰ ਉਹ ਸਭ ਕੁਝ ਪੂਰਾ ਨਹੀਂ ਹੁੰਦਾ ਕੋਈ ਖੁਆਇਸ਼ ਜਿਹੜੀ ਇਸ ਸਫ਼ਰ ਦੇ ਵਿੱਚ ਅਧੂਰੀ ਰਹਿ ਗਈ ਹੋਵੇ ਅੱਜ ਵੀ ਉਹ ਤੰਗ ਕਰਦੀ ਹੋਵੇ ਨਹੀਂ ਹਰਮਨ ਜੀ ਇਹ ਹੁੰਦਾ ਵੀ ਜਦੋਂ ਤੁਸੀਂ ਬਹੁਤ ਵੱਡੇ ਸੁਪਨੇ ਲੈ ਲਓ ਜੀ ਹੈ ਨਾ ਤੇ ਉਹ ਪੂਰੇ ਨਾ ਹੁਣ ਵੈਸੇ ਤਾਂ ਜਿਹੜਾ ਮਨ ਆ ਆਪਣੇ ਸ਼ਾਮਾਂ ਹੀ ਨੇ ਨਾ ਸ਼ਾਮਾਂ ਦਾ ਜਿਹੜਾ ਸੁਮੇਲ ਆ ਉਹ ਮਨ ਆ ਤੇ ਮੈਂ ਤਾਂ ਕਦੇ ਇਹ ਵੀ ਨਹੀਂ ਸੋਚਿਆ ਸੀ ਵੀ ਮੇਰਾ ਕਦੇ ਨੌ ਹੋਜੂ ਮੈਂ ਤਾਂ ਐਮਐਸਸੀ ਕਰ ਲਈ ਸੀ ਤੇ ਪੀਐਚਡੀ ਜੀ ਮੈਂ ਐਡਮਿਸ਼ਨ ਲੈ ਲਈ ਸੀ ਤੇ ਸੋਚਿਆ ਸੀ ਕੋਈ ਕੰਪੀਟੀਸ਼ਨ ਬਣਾ ਕਿਉਂਕਿ ਮੈਂ ਇੰਟੈਲੀਜੈਂਟ ਬਹੁਤ ਸੀਗਾ ਮੇਰਾ 5ਵੀਂ ਤੋਂ ਲੈ ਕੇ ਐਮਐਸਸੀ ਤੱਕ ਫੈਲੋਸ਼ਿਪ ਬੀਐਸਸੀ ਮੈਂ ਗੋਲਡ ਮੈਡਲ ਸਟਾਰਟ ਆਪਣਾ ਯੂਨੀਵਰਸਿਟੀ ਦਾ 3 ਵਾਰੀ ਮੈਂ ਨੈਸ਼ਨਲ ਖੇਡਿਆ ਖੋ ਖੋ 'ਚ 2 ਵਾਰੀ ਕੈਪਟਨ ਰਿਹਾ ਪੰਜਾਬ ਦੀ ਟੀਮ ਦਾ ਕੀ ਬਾਤ ਤੇ ਮੇਰੇ ਫੀਲਡ ਹੋਰ ਸੀ ਹਾਂ ਜਿਹੜਾ ਸਿੰਗਿੰਗ ਸੀ ਇਹ ਨਾਲ ਨਾਲ ਚੱਲਦਾ ਸੀ ਕਦੇ ਕੈਂਪ ਫਿਰ ਹੋਣੀ ਜਾਂ ਨੈਸ਼ਨਲ ਦਾ ਕੈਂਪ ਲੱਗਣਾ ਉੱਥੇ ਗਾ ਲੈਣੇ ਸਕੂਲ ਦੇ ਵਿੱਚ ਗਾ ਲੈਣਾ ਜਿਵੇਂ ਖਰਾ ਕਿ ਯੂਨੀਵਰਸਿਟੀ ਦਾ ਬੈਸਟ ਫੋਕ ਸਿੰਗਰ ਰਿਹਾ ਕਾਲਜ ਦਾ ਬੈਸਟ ਫੋਕ ਸਿੰਗਰ ਰਿਹਾ ਮੇਰੇ ਮਨ ਦੇ ਵਿੱਚ ਇੱਕ ਇਹ ਜ਼ਰੂਰ ਹੁੰਦਾ ਸੀ ਵੀ ਮੈਂ ਜ਼ਿੰਦਗੀ ਜੋ ਵੀ ਕੰਮ ਕਰਨਾ ਉਹਦੇ ਨਾਲ ਮੇਰੀ ਪਹਿਚਾਣ ਹੋਵੇ ਤੁਸੀਂ ਹੱਸੇਗੇ ਤੁਸੀਂ ਜਦੋਂ ਮੈਂ ਐਮਐਸਸੀ ਕਰਦਾ ਸੀ ਤੇ ਮੇਰੇ ਕੋਲ ਚਿੱਟਾ ਚੇਤਕ ਉਦੋਂ ਚਿੱਟੇ ਚੇਤਕ ਸਕੂਟਰ ਦਾ ਬੜਾ ਜ਼ਮਾਨਾ ਆਇਆ ਸੀਗਾ ਉਹ ਹੁੰਦਾ ਸੀ ਉਹੀ ਮੈਂ ਸਾਫ਼ ਸੁਥਰਾ ਕਰਕੇ ਰੱਖਣਾ ਪੰਜਾਂ ਮੋਸਟਲ ਜੋ ਤਿਆਰ ਹੋ ਕੇ ਐਨ ਪਾਲਿਸ਼ ਬੂਟ ਕਰਕੇ ਪ੍ਰੀਜ ਬਣਾ ਕੇ ਜਦੋਂ ਅਸੀਂ ਮੇਰਾ ਡਾਟਾ ਲੈਣਾ ਹੁੰਦਾ ਕਿਉਂਕਿ ਐਗਰੀਕਲਚਰ ਸੀ ਮੇਰਾ ਵੀ ਜਿਹੜੇ ਵੀਡ ਕੰਟਰੋਲ ਸੀਗਾ ਜਿਹੜੇ ਆਲੂਆਂ ਦੇ ਵਿੱਚ ਆਪਾਂ ਕਰਦੇ ਹਾਂ ਖੇਤ 'ਚ ਡਾਟਾ ਲੈਣ ਬਣਨਾ ਤੇ ਮੈਂ ਉਦੋਂ ਸੋਚਣਾ ਮੈਂ ਖੜ ਜਾਣਾ ਫੀਲਡ 'ਤੇ ਜਾ ਕੇ ਵੀ ਹੁਣ ਮੈਂ ਖੇਤ 'ਚ ਵੜੂੰ ਮੇਰੇ ਬੂਟਾਂ ਨੂੰ ਮਿੱਟੀ ਲੱਗੂਗੀ ਮੇਰੇ ਪਿੰਡ ਦੀ ਕ੍ਰੀਜ ਖਰਾਬ ਹੋ ਗਈ ਹਰਮਨ ਜੀ ਮੇਰੇ ਮਨ ਦੇ ਵਿੱਚ ਇੱਕ ਛੋਟੇ ਹੁੰਦੇ ਤੋਂ ਇਹ ਇੱਕ ਇੱਛਾ ਕਹਿ ਲਈਏ ਜਿਵੇਂ ਤੁਸੀਂ ਬਜੇ ਹੈ ਨਾ ਖਿਚਾਣਾ ਕਹਿ ਲਈਏ ਵੀ ਮੇਰਾ ਇੱਦਾਂ ਦਾ ਲਾਈਫ ਸਟਾਈਲ ਮੇਰੇ ਕੋਲ ਵੱਡੀ ਕੋਠੀ ਹੋਵੇ ਵੱਡੀ ਗੱਡੀ ਹੋਵੇ ਮੈਂ ਜਿੱਥੋਂ ਦੀ ਜਾਵਾਂ ਲੋਕ ਮੇਰੇ ਉਂਗਲ ਕਾਰਨ ਮੈਨੂੰ ਪਹਿਚਾਣਨ ਮੇਰੀ ਅਲੱਗ ਪਹਿਚਾਣ ਹੋਵੇ ਹਾਲਾਂਕਿ ਉਸ ਟਾਈਮ ਤੇ ਮਨ 'ਚ ਇਹ ਕੁਛ ਨਹੀਂ ਵੀ ਇਹ ਹੋਊ ਕਿਵੇਂ ਇਹ ਕੁਛ ਨਹੀਂ ਸੀ ਪਤਾ ਵੀ ਕਿਹੜਾ ਫੀਲਡ ਜਾਵਾਂਗੇ ਕੀ ਕਰਾਂਗੇ ਪਰ ਇੱਕ ਹੁੰਦਾ ਸੀ ਪੜ੍ਹ ਕੇ ਹਾਂ ਕੋਈ ਚਲੋ ਜਿਹੜੇ ਸੀ ਪ੍ਰੋਫੈਸਰ ਲੱਗ ਜਾਵਾਂਗੇ ਕੋਈ ਹੋਰ ਕੰਪਨੀ ਨਾਲ ਕੋਈ ਵੱਡਾ ਅਫਸਰ ਬਣ ਜਾਵੇ ਇਹ ਜ਼ਰੂਰ ਹੁੰਦਾ ਸੀ ਪਰ ਮੈਂ ਇਹ ਸੋਚਦਾ ਹੁੰਦਾ ਵੀ ਜਦੋਂ ਤੁਸੀਂ ਕੋਈ ਸੁਪਨਾ ਲੈ ਲੈਂਦੇ ਹੋ ਤੁਸੀਂ ਉਹਦੇ ਲਈ ਮੰਜ਼ਿਲ ਵੱਲ ਤੁਰਨਾ ਸ਼ੁਰੂ ਕਰਦੇ ਹੋ ਤਾਂ ਇੱਕ ਪ੍ਰਕਿਰਤੀ ਤੁਹਾਡਾ ਸਾਥ ਦਿੰਦੀ ਆ ਤੁਹਾਡੇ ਨਾਲ ਨਾਲ ਤੁਰਦੀ ਆ ਤੁਹਾਡੀ ਬਾਹ ਫੜਦੀ ਆ ਮੈਨੂੰ ਲੱਗਦਾ ਮੇਰੇ ਨਾਲ ਵੀ ਉਹੀ ਹੋਇਆ ਵੀ ਮੈਂ ਜਦੋਂ ਮੈਂ ਨਾ ਐਮਐਸਸੀ ਕਰਦੇ ਸੀ ਬੈਸਟ ਫੋਕ ਸਿੰਗਰ ਬਣ ਗਿਆ ਜਿਹੜੇ ਸਾਡੇ ਸਰਕਲ ਦੇ ਦੋਸਤ ਸੀਗੇ ਤੇ ਉਹਨਾਂ ਨੇ ਨਾ ਪ੍ਰੋਗਰਾਮ ਤੇ ਬੁਲਾਉਣਾ ਸ਼ੁਰੂ ਕਰਤਾ ਮੈਂ ਨਿਰਮਲ ਜੋੜਾ ਨਵਦੀਪ ਲੱਕੀ ਕਿਰਪਾਲ ਉਹ ਸਾਰੇ ਅਸੀਂ ਨਾ ਵੀ ਉਹ ਵੀ ਅੱਜ ਵੀ ਯੂਨੀਵਰਸਿਟੀ ਦੇ ਮੁੰਡੇ ਹੋਣਗੇ ਸਾਡੇ ਵਿਆਹ 'ਤੇ ਤੁਸੀਂ ਪ੍ਰੋਗਰਾਮ ਕਰਿਓ ਕਿਸਾਨ ਮੇਲੇ 'ਤੇ ਸਾਨੂੰ ਮੌਕਾ ਮਿਲਦਾ ਰਹਿੰਦਾ ਸੀ ਗਾਉਣ ਦਾ ਉਹ ਉੱਥੋਂ ਸਾਨੂੰ ਇੱਕ ਵਾਰੀ ਭੱਲਾ ਹੁਣ ਸਾਡੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਨੇ ਮੈਡਮ ਰਵਿੰਦਰ ਧਾਲੀਵਾਲ ਡਾਕਟਰ ਹਰਜੀਤ ਧਾਲੀਵਾਲ ਵੀ ਉੱਥੇ ਨੇ ਭੱਲਾ ਭਾਅ ਜੀ ਦੇ ਕਲਾਸ ਫੈਲੋ ਨੇ ਉਹਨਾਂ ਦੇ ਬ੍ਰਦਰ ਲਾ ਦੀ ਮੈਰਿਜ ਮੁਕਤਸਰ ਅਤੇ ਸਾਨੂੰ ਹੋਸਟਲੋਂ ਲੈ ਕੇ ਭੱਲਾ ਭਾਅ ਜੀ ਹੁੰਦੇ ਅਤੇ ਵੀ ਉੱਥੇ ਆਪਾਂ ਤੁਸੀਂ ਉਹਨਾਂ ਨਾਲ ਵੀ ਅਸੀਂ ਕਮੇਟੀ ਕਰਾਂਗੇ ਤੁਸੀਂ ਗਾਣੇ ਗਾਉਣੇ ਨੇ ਭੱਲਾ ਭਾਅ ਜੀ ਕੋਈ ਸਟੇਜ ਅਤੇ ਮੈਂ ਉੱਥੇ ਪਹਿਲੀ ਵਾਰੀ ਪ੍ਰੋਫੈਸ਼ਨਲ ਵਿਆਹ ਦੀ ਕਿਸੇ ਸਟੇਜ 'ਤੇ ਗਾਇਆ ਨਹੀਂ ਤਾਂ ਇੱਕ ਅੱਧਾ ਗੀਤ ਗਾਉਂਦੇ ਹੁੰਦੇ ਸੀ ਅਤੇ ਉਹ ਜਦੋਂ
ਵੀ ਨਾਲੇ ਪੁੰਨ ਤੇ ਨਾਲੇ ਬਣਿਆ ਨਾਲੇ ਆਪਦਾ ਮਨੋਰੰਜਨ ਨਾਲ ਲੋਕਾਂ ਦਾ ਮਨੋਰੰਜਨ ਨਾਲ ਲੋਕ ਪੈਸੇ ਖੁਸ਼ ਹੋ ਕੇ ਦਿੰਦੇ ਮਤਲਬ ਉੱਥੋਂ ਥੋੜੀ ਥੋੜੀ ਇਹ ਚਿਣਕ ਲੱਗ ਗਈ ਆ ਕੰਮ ਕੀ ਕਰਦੇ ਹੁੰਦੇ ਰਹੇ ਤੁਸੀਂ ਹਾਂ ਮੈਂ ਸ਼ੁਰੂ ਦੇ ਵਿੱਚ ਮੈਂ ਹੌਸਟਲ ਹੁੰਦਾ ਸੀ ਨਾ ਪੱਲਾ ਭਾਜੀ ਉੱਥੇ ਪ੍ਰੋਫੈਸਰ ਸੀਗੇ ਤੇ ਉਹਨਾਂ ਨੇ ਮੈਨੂੰ ਕਹਿਣਾ ਹੌਸਟਲ ਜਿਵੇਂ ਉਹ ਇਕੱਲੇ ਜਾਂਦੇ ਉਹਨਾਂ ਕਹਿਣਾ ਚੱਲ ਆਪਾਂ ਰਿਕਾਰਡਿੰਗ ਸ਼ਨਕਾਟੀ ਦੀ ਉਹਨਾਂ ਨੂੰ ਹੌਸਟਲੋਂ ਬਿਠਾ ਲੈਣਾ ਤੇ ਇੱਕ ਅੱਧੀ ਬੋਲੀ ਪਵਾ ਦੇਣੀ ਸ਼ਨਕਾਟੇ ਪਹਿਲੀ ਵਾਰ ਯਾਦ ਮੇਰੇ ਯਾਦ ਨਹੀਂ ਹੁਣ ਇੱਕ ਹਿੰਦੀ ਵਾਲੀ ਮੈਡਮ ਤੇ ਬੋਲੀ ਸੀ ਉਹ ਕੰਟਰੋਵਰਸੀ ਵੀ ਉਸ ਚੀਜ਼ ਤੇ ਬੜੀ ਹੋਈ ਸੀ ਹਿੰਦੀ ਵਾਲੀ ਮੈਡਮ ਤੇ ਉਹ ਪਹਿਲੀ ਵਾਰੀ ਉਹਨਾਂ ਨੇ ਬੋਲੀ ਪਵਾਈ ਉਸ ਤੋਂ ਬਾਅਦ ਫਿਰ ਤਕਰੀਬਨ ਲਗਾਤਾਰ ਜਿੰਨੇ ਵਾਰੀ ਹਾਲਾਂਕਿ ਫਿਰ ਮੇਰੇ ਬੰਗਾ ਮੇਜਰ ਗਾਣੇ 'ਚ ਵੀ ਬਾਲਾ ਭੱਲਾ ਨੀਲੂ ਭਾਜੀ ਸਾਰਿਆਂ ਨੇ ਇਹਨਾਂ ਨੇ ਐਜ ਏ ਮਾਡਲ ਐਕਟ ਕੀਤਾ ਸੀ ਮੈਂ ਤਾਂ ਨਵਾਂ ਸੀ ਇਹਦੇ ਤੇ ਫਿਰ ਜਦ ਤੱਕ ਸ਼ਨਕਾਟੇ ਤਕਰੀਬਨ ਆਉਂਦੇ ਰਹੇ ਹਰ ਸ਼ਨਕਾਟੇ 'ਚ ਮੇਰਾ ਗੀਤ ਹੁੰਦਾ ਸੀ ਉਹ ਕੋਈ ਵੱਖਰਾ ਐਡਵਾਂਟੇਜ ਹੁੰਦਾ ਸੀ ਜਿਵੇਂ ਅੱਜ ਕੱਲ੍ਹ ਫਿਲਮ 'ਚ ਗਾ ਲਿਆ ਤੇ ਉਹ ਸ਼ਨਕਾਟੇ 'ਚ ਗਾਉਣਾ ਵੀ ਉਦੋਂ ਹੀ ਠੀਕ ਆ ਬਸ ਬਹੁਤ ਸਹੀ ਗੱਲ ਤੇ ਪੱਗ ਦੀਆਂ ਪੂਣੀਆਂ ਕਰਾਇਆ ਕਰੇਗੀ ਆਉਣ ਤੋਂ ਹਾਂਜੀ ਟਾਣਾ ਸਾਹਿਬ ਹੁਣ ਮੈਂ ਇਸ ਗੀਤੋਂ ਤੁਸੀਂ ਪੱਗ ਬੰਨਣੀ ਇੱਕ ਇੱਕ ਪ੍ਰੋਗਰਾਮ ਕਰਨਾ ਜੀ ਤੁਸੀਂ ਪੱਗ ਬੰਨ ਕੇ ਕਰਨਾ ਅੱਛਾ ਹਾਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਠੀਕ ਕਿਉਂਕਿ ਹਰਮਨ ਜੀ ਨੂੰ ਮੈਂ ਗਾਣਾ ਗਾਇਆ ਨਾ ਆਪ ਤੌਰ ਤੇ ਪੱਗ ਤੇ ਸਮਾਜਿਕ ਗਾਣੇ ਕਮਰਸ਼ੀਅਲ ਗਾਣੇ ਘੱਟ ਨੇ ਜੀ ਤੇ ਗਾਣਾ ਉਹ ਆ ਜਿਹੜਾ ਲੋਕਾਂ ਤੇ ਸਮਾਜ ਤੇ ਵੀ ਅਸਰ ਆਪਦੀ ਛਾਪ ਛੱਡ ਦੇਵੇ ਉਹਦਾ ਅਸਰ ਹੋ ਜਾਵੇ ਸਾਡਾ ਅੰਮ੍ਰਿਤਸਰ ਪ੍ਰੋਗਰਾਮ ਸੀ ਜਦੋਂ ਗਾਣਾ ਰਿਲੀਜ਼ ਹੋਇਆ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਪੈਂਦਾ ਰਸਤੇ ਮੈਂ ਹਮੇਸ਼ਾ ਜਾਵਾਂ ਤੇ ਮੱਥਾ ਟੇਕ ਕੇ ਜਾਂਦਾ ਉੱਥੇ ਤੇ ਮੈਂ ਮੱਥਾ ਟੇਕ ਬਾਹਰ ਨਿਕਲਿਆ ਪੰਜ ਸੱਤ ਮੁੰਡੇ ਖੜੇ ਬਾਹਰ ਤੇ ਮਿਲ ਕੇ ਭਾਜੀ ਕਹਿੰਦੇ ਤੁਹਾਡਾ ਗਾਣਾ ਸੁਣਿਆ ਕਹਿੰਦੇ ਅਸੀਂ ਪੱਗਾਂ ਲੈ ਲੈਂਦੇ ਪਹਿਲਾਂ ਤੁਹਾਡਾ ਗਾਣਾ ਹੋਵੇ ਪੱਗਾਂ ਲਏ ਅਸੀਂ ਵਾਹ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਯਾਰ ਵੀ ਗਾਣੇ ਅਸਰ ਕਰਦੇ ਰਹੇ ਦਾ ਮਤਲਬ ਤੇ ਉਹ ਅੱਜ ਵੀ ਗਾਣਾ ਸਾਡਾ ਨਵਾਂ ਲੱਗਦਾ ਜੀ ਉਹ ਬੇਰ ਟੀਸੀ ਦਾ ਨਾ ਬਾਣੇ ਅਸੀਂ ਲਾ ਲੈਣਾ ਏ ਸਾਨੂੰ ਆ ਗਈ ਜੇ ਪਸੰਦ ਤੈਨੂੰ ਵਿਆਹ ਲੈਣਾ ਏ ਉਹ ਬੇਰ ਟੀਸੀ ਦਾ ਨਾ ਬਾਣੇ ਅਸੀਂ ਲਾ ਲੈਣਾ ਏ ਸਾਨੂੰ ਆ ਗਈ ਜੇ ਪਸੰਦ ਤੈਨੂੰ ਵਿਆਹ ਲੈਣਾ ਏ ਫੇਰ ਜੀ ਜੀ ਕਹਿ ਕੇ ਸਾਨੂੰ ਤੂੰ ਬੁਲਾਇਆ ਕਰੇਗੀ ਨੀ ਸਾਡੀ ਪੱਗ ਦੀਆਂ ਪੱਗ ਦੀਆਂ ਪੂਣੀਆਂ ਕਰਾਇਆ ਕਰੇਗੀ ਨੀ ਸਾਡੀ ਪੱਗ ਦੀਆਂ ਪੱਗ ਦੀਆਂ ਪੂਣੀਆਂ ਕਰਾਇਆ ਕਰੇਗੀ ਨੀ ਸਾਡੀ ਪੱਗ ਦੀਆਂ ਪੱਗ ਦੀਆਂ ਪੂਣੀਆਂ ਕਰਾਇਆ ਕਰੇਗੀ ਨੀ ਸਾਡੀ ਪੱਗ ਦੀਆਂ ਟੰਗੀ ਨਾਲ ਵਾਲ ਸਾਡੇ ਵਾਹਿਆ ਕਰੇਗੀ ਨੀ ਸਾਡੀ ਟਾਣਾ ਸਾਹਿਬ ਦੀ ਗੱਲ ਤਾਂ ਕੱਲੇ ਥੋੜੀ ਗੱਲ ਕਰੀ ਜਾਂਦੀ ਹੈ ਟਾਣਾ ਸਾਹਿਬ ਦੀ ਗੱਲ ਤਾਂ ਕਰਨੀ ਬਣਦੀ ਹੈ ਸੁੱਖੀ ਬਾਈ ਦਾ ਨਾ ਇਹ ਜਿਹੜਾ ਸਟਾਈਲ ਆ ਕਰਕੇ ਆਹ ਜਿਹੜਾ ਬਿਲਕੁਲ ਆਹ ਬਾਈ ਜੀ ਦਾ ਤੇ ਜਾਂ ਆਹ ਵਾਲਾ ਤੇ ਵਾਰਸ ਸਾਹਿਬ ਦਾ ਹੈਗਾ ਕੋਕਾ ਕਰਕੇ ਉਹਨਾਂ ਦਾ ਆਹ ਸਟਾਈਲ ਇਹਨਾਂ ਨੂੰ ਸਾਰਿਆਂ ਦਾ ਸਟਾਈਲ ਪਤਾ ਤੇ ਫੋਲੋ ਵੀ ਕਰ ਲੈਂਦੇ ਨੇ ਇਹ ਸਦੀ ਸਾਹਿਬ ਨੂੰ ਗਾ ਵੀ ਲੈਂਦੇ ਨੇ ਬਿਲਕੁਲ ਸਹੀ ਹੈ ਲੁਧਿਆਣੇ ਦੇ ਵਿੱਚ ਜਾ ਕੇ ਕੀਤੀ ਨੇ ਜਿਹੜੇ ਕਮਰੇ ਚ ਖੜਦੇ ਸੀ ਤੇ ਉਹ ਕਹਿੰਦੇ ਵੀ ਜਿਹੜੇ ਸਾਡੇ ਸਾਥੀ ਕੈਮਰਾਮੈਨ ਉਹ ਕਹਿੰਦੇ ਵੀ ਸ਼ੁਰੂਆਤ ਬਈ ਸਟਾਰਟ ਤੇ ਇਹਨਾਂ ਨੇ ਕਿਹਾ ਲਈ ਸਤਿ ਸ੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਆ ਲਾਈਟ ਚਲੀ ਗਈ ਤੇ ਅਸੀਂ ਆਖਿਆ ਸਦੀਕ ਸਾਹਿਬ ਵੀ ਇਹ ਤਾਂ ਲਾਈਟ ਚਲੀ ਗਈ ਹੈ ਤੁਸੀਂ ਐਮ ਪੀ ਆ ਤੁਸੀਂ ਮਾੜਾ ਜਿਹਾ ਫੋਨ ਕਰੋ ਜੇਈ ਨੂੰ ਵੀ 10-15 ਮਿੰਟ 20 ਮਿੰਟ ਅੱਧਾ ਘੰਟਾ ਲਾਈਟ ਆਵੇ ਠੀਕ ਹੈ ਫੋਨ ਕਰਦੇ ਲੋ ਜੀ ਫੋਨ ਕੀਤਾ ਹੈਲੋ ਬੜੇ ਵੱਡੇ ਚੈਨਲ ਤੋਂ ਸਾਡੇ ਕੋਲ ਆਏ ਨੇ ਤੁਸੀਂ ਲਾਈਟ ਕਦੋਂ ਛੱਡੋਗੇ ਨਹੀਂ ਨਹੀਂ ਪਹਿਲਾਂ ਆਪਣਾ ਨਾਂ ਦੱਸਿਆ ਪਹਿਲਾਂ ਆਪਣਾ ਮੈਂ ਮੁਹੰਮਦ ਸਿੱਧ ਬੋਲਦਾ ਬੜੇ ਵੱਡੇ ਚੈਨਲ ਤੋਂ ਸਾਡੇ ਕੋਲ ਆਏ ਨੇ ਤੁਸੀਂ ਲਾਈਟ ਕਦੋਂ ਛੱਡੋਗੇ ਉਹਨੇ ਅੱਗੋਂ ਉੱਤਰ ਦਿੱਤਾ ਹੋਣਾ ਵੀ ਇਹ ਨਹੀਂ ਆਉਣੀ 2 ਘੰਟੇ ਓਕੇ ਥੈਂਕ ਯੂ ਨਹੀਂ ਮੈਂ ਉਹਨਾਂ ਸ਼ੁਕਰ ਕਰਦਾ ਮੈਂ ਵੀ ਲੈ ਲੈਣੀ ਇੰਨਾ ਸ਼ੁਕਰ ਕਰਦੇ ਨਹੀਂ ਕਿਹਾ ਕਹਿੰਦਾ ਸਾਹਿਬ ਮੈਂ ਵੀ ਫਰੀਦਕੋਟ ਤੋਂ ਇੱਥੇ ਰਹਿੰਦੀ ਬਿੱਟੂ ਆ ਉਹ ਮੈਂ ਨਹੀਂ ਕਰਦਾ ਮੈਂ ਕਿਹਾ ਸੁਨੇਹਾ ਹੀ ਲੈਣਾ ਸੀ ਆਪਾਂ ਕਹਿੰਦਾ ਜਵਾਬ ਲੈਣਾ ਸੀ ਤਾਂ ਮੈਂ ਵੀ ਲੈ ਲੈਣਾ ਸੀ ਸਰਮਾਇਆ ਹੋਣ ਬਣਿਆ ਆਹ ਗਾਣੇ ਨੂੰ ਗਾ ਕੇ ਮੈਨੂੰ ਸੰਤੁਸ਼ਟੀ ਹੋਈ ਆ ਰੂਹ ਨੂੰ ਸਕੂਨ ਮਿਲਿਆ ਉਹ ਕਿਹੜਾ ਹਾਂਜੀ ਦੇਖੋ ਗਾਣੇ ਤਾਂ ਟਾਣਾ ਸਾਹਿਬ ਜਿਹੜੇ ਹਿੱਟ ਹੋ ਜਾਂਦੇ ਨੇ ਤਾਂ ਉਹ ਤੁਹਾਨੂੰ ਸਾਰੇ ਚੰਗੇ ਲੱਗਦੇ ਨੇ ਜਿੰਨਾ ਗਾਣੇ ਤੁਹਾਨੂੰ ਰੋਜ਼ੀ ਰੋਟੀ ਦਿੰਦੇ ਨੇ ਇਹ ਤੁਹਾਡੇ ਕੈਰੀਅਰ ਜੁੜਦੇ ਜਾਂਦੇ ਨੇ ਗਾਣੇ ਜੇ ਆਪਾਂ ਨੂੰ ਇੱਕ ਨੂੰ ਉਹ ਆਮ ਤੌਰ ਤੇ ਆਮ ਇਹੀ ਜਵਾਬ ਹੁੰਦਾ ਵੀ ਮਾਂ ਦੇ ਬੱਚੇ ਸਾਰੇ ਇੱਕੋ ਜਿਹੇ ਹੁੰਦੇ ਨੇ ਹਾਂ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਤੁਸੀਂ ਸਟੇਜ ਤੇ ਗਾਓ ਚਾਹੇ ਨਾ ਗਾਓ ਤੇ ਉਹ ਤੁਹਾਨੂੰ ਚੰਗੀਆਂ ਲੱਗਦੇ ਨੇ ਸਾਡਾ ਗਾਣਾ ਮੇਰੀ ਕੈਸਟ ਆਈ ਸੀ ਤੇ ਉਹ ਸ਼੍ਰੀ ਮੁੰਡੇ ਤੋਂ ਬਾਅਦ ਦਿਲ ਤੇ ਸ਼ੀਸ਼ਾ ਗੋਲ ਮਿਊਜ਼ਿਕ ਨੇ ਕੀਤੀ ਸੀ ਉਹ ਗਾਣਾ ਮੇਰੇ ਕੋਲ 7-8 ਸਾਲ ਪਿਆ ਰਿਹਾ ਕੋਈ ਜਿਹਨੂੰ ਸੁਣਾਇਆ ਕਰਨਾ ਕੰਪਨੀ ਨਹੀਂ ਭਾਅ ਜੀ ਤੁਸੀਂ ਬੀਟ ਗਾਉਂਦੇ ਹੋ ਇਹ ਸੈਡ ਮੂਡ ਜੀ ਵਾਲਾ ਨਾ ਕਰੋ ਉਹ ਗੋਲ ਸਾਹਿਬ ਨੇ ਤਰੁਣ ਰਿਸ਼ੀ ਨੇ ਪਹਿਲੀ ਵਾਰ ਇਹਦਾ ਮਿਊਜ਼ਿਕ ਕੀਤਾ ਸੀਗਾ ਤੇ ਅਸੀਂ ਸਾਰਾ ਮੈਟਰ ਕਰਕੇ ਥੱਲਿਓ ਨਿਕਲਿਆ ਤੇ ਮੈਂ ਕਿਹਾ ਯਾਰ ਮੈਂ ਕਈ ਗਾਣੇ ਆਪਾਂ ਗਾਉਣੇ ਚਾਹੁੰਦੇ ਹੁੰਦੇ ਹਾਂ ਵੀ ਇੱਕ ਵਾਰ ਕੰਪਨੀਆਂ ਨਹੀਂ ਅਜਾ ਅਲਾਓ ਕਰਦੀਆਂ ਕਹਿੰਦਾ ਕਿਹੜਾ ਮੈਂ ਉਹਨੂੰ ਵੈਸੇ ਸੁਣਾਇਆ ਮੈਂ ਹਜੇ ਇੱਦਾਂ ਦਾ ਉਹ ਗਾਣਾ ਅਸੀਂ ਰਿਕਾਰਡ ਕੀਤਾ ਮੁੜ ਕੇ ਉਹ ਗਾਣਾ ਸਾਡਾ ਹਿੱਟ ਵੀ ਹੋਇਆ ਤੇ ਅੱਜ ਕਈ ਵਾਰ ਵਿਆਹ ਦੇ ਪਰਾਂ ਤੇ ਉਸ ਗਾਣੇ ਦੀ ਫਰਮਾਇਸ਼ ਆ ਜਾਂਦੀ ਮੇਲੇ ਤੋਂ ਆਉਂਦੀ ਹੁੰਦੀ ਆ ਤੁਹਾਨੂੰ ਸੁਣਾਉਣਾ ਜੀ ਸ਼ੀਸ਼ਾ ਟੁੱਟੇ ਤਾਂ ਤੜ ਤੜ ਹੋਵੇ ਪੱਥਰ ਟੁੱਟੇ ਅਗਲਾਵੇ ਤਾਰਾ ਟੁੱਟੇ ਅਸਮਾਨ
ਦੀ ਇੱਕ ਚੋਂ ਇੱਕ ਜ਼ਖਮ ਜਿਹਾ ਕਰ ਜਾਵੇ। ਪਰ ਚੰਦਰਾ ਦਿਲ ਜਦ ਵੀ ਟੁੱਟਿਆ ਇਹਦੇ ਟੁੱਟਿਆ ਆਵਾਜ਼ ਨਾ ਆਵੇ। ਇਸ ਗੱਲ ਦੀ ਕਿਉਂ, ਇਸ ਗੱਲ ਦੀ ਕਿਉਂ ਸੱਜਣਾ ਤੈਨੂੰ ਸਾਰ ਨਹੀਂ, ਇਸ ਗੱਲ ਦੀ ਕਿਉਂ ਸੱਜਣਾ ਤੈਨੂੰ ਸਾਰ ਨਹੀਂ। ਦਿਲ ਤੇ ਸ਼ੀਸ਼ਾ, ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ, ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ। ਬਿਲਕੁਲ ਸਹੀ। ਸੱਜਣ ਬੁਲਾਵੇ ਜਾਨ ਤਲੀ ਥਰ ਆਈਏ ਵੇ, ਪਾ ਕੇ ਗੂੜਾ ਪਿਆਰ ਤੇ ਤੋੜ ਨਭਾਈਏ ਵੇ, ਪਾ ਕੇ ਕੂੜਾ ਪਿਆਰ ਤੇ ਤੋੜ ਨਭਾਈਏ ਵੇ। ਐਰ ਗੈਰ ਨਾਲ, ਐਰ ਗੈਰ ਨਾਲ ਜੁੜਦੀ ਦਿਲ ਦੀ ਤਾਰ ਨਹੀਂ, ਐਰ ਗੈਰ ਨਾਲ ਜੁੜਦੀ ਦਿਲ ਦੀ ਤਾਰ ਨਹੀਂ। ਦਿਲ ਤੇ ਸ਼ੀਸ਼ਾ, ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ, ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ। ਵਾਹ ਵਾਹ, ਬਹੁਤ ਖੂਬ ਬਾਈ ਜੀ। ਲੁਧਿਆਣਾ ਮੰਡੀ ਦੀ ਕਿਸੇ ਵੇਲੇ ਤੂਤੀ ਬੋਲਦੀ ਰਹੀ। ਹਾਂਜੀ, ਚਲੋ ਹੁਣ ਤਾਂ ਦੌਰ ਬਦਲ ਗਿਆ, ਹੁਣ ਤਾਂ ਫੇਸਬੁੱਕ ਦੇ ਉੱਤੇ ਤੂਤੀ ਬੋਲਦੀ ਜਿਹਦੀ ਉਹ ਕਲਾ ਵੀ ਮੈਂ ਸਾਰਾ ਸੰਸਾਰ ਕਬਜ਼ੇ 'ਚ ਕਰ ਲਿਆ। ਜਦੋਂ ਮੰਡੀ ਦੇ ਵਿੱਚ ਲੱਭਦੇ ਆਉਂਦੇ ਸੀ ਕਲਾਕਾਰ ਵੀ ਭਾਈ ਪਹਿਲਾਂ ਤੁਹਾਡੇ ਦਫ਼ਤਰ 'ਚ ਵੜ ਗਏ, ਫਿਰ ਕਿਸੇ ਹੋਰ ਦੇ ਦਫ਼ਤਰ 'ਚ ਵੜ ਗਏ, ਉਧਰੋਂ 10 ਜਣੇ ਨਿਕਲ ਕੇ ਫਿਰ ਤੁਹਾਡੇ ਵਾਲੇ ਦਫ਼ਤਰ 'ਚ ਆ ਗਏ, ਵੀ ਜਿਵੇਂ ਨਾ ਪਹਿਲਾਂ ਇਹਨੂੰ ਪੁੱਛ ਲਈਏ ਯਾਰ ਇਹ ਕਿੰਨੇ ਕੁ ਪਹਿਲੇ ਦਾ ਤਰੀਕ ਹੈ ਕਿ ਨਹੀਂ, ਫਿਰ ਉਹਨੂੰ ਪੁੱਛ ਲਿਆ, ਫਿਰ ਉਹਨੂੰ ਪੁੱਛ ਲਿਆ, ਉਹ ਦੌਰ ਨੂੰ ਚੇਤੇ ਕਰਕੇ ਕਿੰਨਾ ਕੁ ਸਵਾਦ ਆਉਂਦਾ। ਹਾਂ ਦੇਖੋ, ਹਰ ਚੰਨ ਸਾਹਿਬ ਹਰ ਸਮੇਂ ਦਾ ਆਪਦਾ ਆਪਦਾ ਲੁਤਫ ਹੁੰਦਾ। ਉਹ ਜਿਹੜਾ ਮੈਨੂੰ ਲੱਗਦਾ ਵੀ ਉਹ ਇੱਕ ਸੁਨਹਿਰੀ ਯੁੱਗ ਸੀਗਾ, ਉਹ ਦੁਬਾਰਾ ਆਉਣਾ ਨਹੀਂ, ਕਿਉਂਕਿ ਅੱਜ ਪ੍ਰੋਗਰਾਮ ਅੱਜ ਹੀ ਬੁੱਕ ਹੋ ਜਾਂਦਾ ਵੀ ਨਾ। ਚਲੋ ਕਲਾਕਾਰ ਦਾ ਮੂੰਹ ਤਾਂ ਦੇਖਿਆ ਹੁੰਦਾ, ਜੇ ਸੈਕਟਰੀ ਨਾਲ ਗੱਲ ਕਰਦਾ ਨਾ ਤਾਂ ਪ੍ਰੋਗਰਾਮ ਬੁੱਕ ਕਰਾਉਣ ਵਾਲੇ ਸੈਕਟਰੀ ਨੂੰ ਦੇਖਿਆ, ਨਾ ਸੈਕਟਰੀ ਨੇ ਪ੍ਰੋਗਰਾਮ ਬੁੱਕ ਕਰਾਉਣ ਵਾਲੇ ਨੂੰ ਦੇਖਿਆ ਵੀ ਫੋਨ 'ਤੇ ਗੱਲ ਹੋਈ, ਸੈਟਲਮੈਂਟ ਕੀਤੀ, ਕੌਣ ਨੰਬਰ ਭੇਜਿਆ, ਕੌਣ ਸਪਾਏ, ਵਟਸਐਪ 'ਤੇ ਤੁਹਾਡਾ ਉਹਦਾ ਐਡਰੈਸ ਆ ਗਿਆ ਪ੍ਰੋਗਰਾਮ ਦਾ। ਜਿਹੜਾ ਇੱਕ ਉਹ ਦੌਰ ਹੁੰਦਾ ਸੀ, ਉਦੋਂ ਲਾ ਵੀ ਲੋਕ ਚੱਲ ਕੇ ਆਉਂਦੇ ਸੀ, ਉਦੋਂ ਲਾ ਯਾਰ ਵਾਕਈ ਇਹਨਾਂ ਨੂੰ ਚੰਨ ਹੈ ਵੀ ਤੂੰ ਕੋਈ ਫਿਰੋਜ਼ਪੁਰ ਤੋਂ ਆ ਰਿਹਾ, ਕੋਈ ਫਾਜ਼ਿਲਕਾ ਤੋਂ ਆ ਰਿਹਾ, ਕੰਗਾ ਨਗਰ ਤੋਂ ਆ ਰਿਹਾ, ਸਰਸੇ ਹਰਿਆਣੇ ਤੋਂ ਆ ਰਿਹਾ, ਰਾਮਨਗਰ ਤੋਂ ਆ ਰਿਹਾ, ਵੀ ਉਦੋਂ ਲੋਕਾਂ 'ਚ ਖਿੱਚ ਹੁੰਦੀ ਯਾਰ ਕਲਾਕਾਰ ਬੁੱਕ ਕਰਨ ਚੱਲੇ ਹਾਂ। ਜਿਵੇਂ ਅੱਗੇ ਪਹਿਲਾਂ ਛੋਟੇ ਨੇ ਵਿਆਹ ਜਾਣ ਦਾ ਜਾਂ ਮੇਲੇ ਜਾਣ ਦਾ ਚੌਅ ਹੁੰਦਾ ਸੀ ਨਾ, ਅੱਜ ਹੁਣ ਕੌਣ ਮੇਲੇ ਜਾਂਦਾ, ਕਿਹਨੂੰ ਮੇਲੇ 'ਤੇ ਜਾਣ ਦਾ ਸ਼ੌਕ, ਰੋਜ਼ ਹੀ ਮੇਲਾ। ਅੱਗੇ ਦੀਵਾਲੀ ਦਾ ਕਿੰਨਾ ਸ਼ੌਕ ਹੁੰਦਾ ਸੀ, ਅੱਜ ਰੋਜ਼ ਹੀ ਦੀਵਾਲੀ ਹੈ। ਅਤੇ ਇਸੇ ਤਰ੍ਹਾਂ ਹੁਣ ਉਹ ਹੁਣ ਕਲਾਕਾਰ ਉਹ ਜਿੰਨੀ ਪਹਿਲਾਂ ਇੱਕ ਅਹਿਮੀਅਤ ਜਾਂ ਜਿੰਨਾ ਇੱਕ ਪਿਆਰ ਜਾਂ ਸਤਿਕਾਰ ਮੈਨੂੰ ਲੱਗਦਾ ਕਲਾਕਾਰ ਦਾ ਹੁੰਦਾ ਸੀ, ਅੱਜ ਉਹ ਹੁਣ ਨਹੀਂ। ਠੀਕ ਆ, ਕਲਾ ਪ੍ਰੋਗਰਾਮ ਤੋਂ ਲੋਕ ਅੱਜ ਵੀ ਸੱਦਦੇ ਨੇ, ਪਰ ਜਿਹੜਾ ਉਹ ਸਤਿਕਾਰ ਇੱਕ ਭੁੱਖ ਹੁੰਦੀ ਸੀ ਨਾ ਕਲਾਕਾਰ ਦੀ, ਮੈਨੂੰ ਲੱਗਦਾ ਉਹ ਨਹੀਂ। ਜਦੋਂ ਅਸੀਂ ਆਏ ਹਾਂ, ਮੈਂ ਉਦੋਂ ਇੱਕ ਕਾਰਨ ਹੋਰ ਵੀ ਕਿਵਰ ਨੋਟ ਕਰਦਾ ਹੁੰਦਾ, ਉਦੋਂ ਇੱਕ ਦੌਰ ਸੀ ਕਾਲਾ ਦੌਰ ਪੰਜਾਬ 'ਚ ਚੱਲ ਕੇ ਹਟਿਆ ਸੀਗਾ 96-96 ਤੱਕ, ਉਦੋਂ 97-98 ਅਸੀਂ ਆਏ, ਲੋਕ ਭੁੱਖੇ ਸੀ, ਸਾਰਾ ਕੁਛ ਬੰਦ ਹੋਇਆ ਸੀ, ਉਦੋਂ ਖੁੱਲ੍ਹਿਆ, ਲੋਕਾਂ ਨੂੰ ਮੌਕਾ ਮਿਲਿਆ ਰੱਜ ਕੇ ਉਜਾਇਆ ਕਰਨ ਦਾ, ਲੋਕਾਂ ਨੇ 8-10 ਸਾਲ ਬਹੁਤ ਖੁੱਲ੍ਹ ਕੇ ਉਜਾਇਆ ਕੀਤਾ। ਅਤੇ ਹੁਣ ਉਦੋਂ ਬਾਅਦ ਟੀ ਵੀ ਚੈਨਲ ਆ ਗਏ, ਕਿੰਨੀ ਦੂਰਦਰਸ਼ਨ ਤੋਂ ਬਾਅਦ ਹੁਣ ਕਿੰਨੇ ਸੋਸ਼ਲ ਮੀਡੀਆ 'ਤੇ ਚੈਨਲ ਆ ਗਏ, ਹੁਣ ਜਿਹੜੀ ਚੀਜ਼ ਅੱਗੇ ਲੋਕ ਖਰੀਦ ਕੇ ਸੁਣਦੇ ਸੀਗੇ, ਇੰਜੋਏ ਕਰਦੇ ਸੀ, ਅੱਜ ਉਹ ਫ੍ਰੀ 'ਚ ਹੋ ਗਈ ਸੰਗੀਤ। ਇਸੇ ਕਰਕੇ ਸੰਗੀਤ ਦੀ ਕਦਰ ਘੱਟ ਗਈ, ਜਿਹੜੀ ਚੀਜ਼ ਸਾਡੀ ਫ੍ਰੀ 'ਚ ਮਿਲ ਜਾਂਦੀ ਹੈ ਉਹਦੀ ਸਾਨੂੰ ਵੈਲਿਊ ਨਹੀਂ ਪਤਾ ਹੁੰਦੀ। ਜਿਹੜੀ ਚੀਜ਼ ਅਸੀਂ ਪੈਸੇ ਦੇ ਕੇ ਖਰੀਦਦੇ ਹਾਂ ਉਹਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ, ਉਹਦੀ ਕਦਰ ਕਰਦੇ ਹਾਂ। ਕਿਤੇ ਸੱਭਿਆਚਾਰਕ ਮੇਲਾ, ਇਹ ਕਲਾਕਾਰ ਤਾਂ ਉਹਨਾਂ ਨੇ 100,000 ਰੁਪਏ ਦੇ ਕੇ ਬੁੱਕ ਕੀਤਾ, ਇੱਕ ਉੱਥੇ ਵਿਚਾਰਾ ਵੈਸੇ ਹੀ ਚਲੇ ਗਿਆ, ਮੈਨੂੰ ਦੋ ਗੀਤਾਂ ਟਾਈਮ ਦੇ ਦਿਓ, ਭਾਵੇਂ ਉਹ ਵਧੀਆ ਗਾਉਂਦਾ ਹੋਵੇ, ਉਹਦੇ ਗੀਤ ਵਧੀਆ ਹੋਣ, ਕਿਉਂਕਿ ਉਹ ਫ੍ਰੀ 'ਚ ਉਹਦੀ ਕਦਰ ਨਹੀਂ ਹੋਊਗੀ। ਔਰ ਜਦੋਂ ਕਦੇ ਵਿਹਲੇ ਦਾ ਟਾਈਮ ਹੋਇਆ, ਸਾਜ਼ ਫਿੱਟ ਕਰਨੇ ਚਲ ਖਾਲਾ ਤੂੰ ਵੀ ਦੋ ਗੀਤ, ਉਹ ਹੱਲ ਹੋ ਜਾਂਦਾ। ਅਤੇ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਉਹ ਸਮਾਂ ਸੀ, ਜਾਂ ਲੋਕ ਜਿਹਨਾਂ ਉਦੋਂ ਵੀ ਇੱਕ ਪਾਰਟੀ ਅੰਦਰ ਬੁੱਕ ਹੋ ਰਹੀ ਆ, ਦੂਜੀ ਸਾਈਡ 'ਤੇ ਬੈਠੀ ਆ, ਤੀਜੀ ਬਾਹਰ ਖੜੀ ਆ, ਵੀ ਜਿੰਨੇ ਮੈਨੂੰ ਲੱਗਦਾ ਵੀ ਜਿੰਨੇ ਕੋਈ ਅੱਜ ਦਾ ਜਿਹੜਾ ਹਿੱਟ ਸਿੰਗਰ ਵੀ ਹੋਊਗਾ, ਵੀ ਉਹ ਜਿੰਨੇ ਕੁ ਪ੍ਰੋਗਰਾਮ ਅੱਜ ਉਹ ਕਰਦਾ ਹੋਊਗਾ, ਉਹਨੇ ਸਾਡੇ ਦਫ਼ਤਰ ਮੁੜ ਜਾਂਦੇ ਹੁੰਦੇ ਸੀ। ਬਿਲਕੁਲ ਸਹੀ। ਉਦੋਂ ਲੋਕਾਂ ਦੇ ਵਿੱਚ ਭੁੱਖ ਬਹੁਤ ਸੀ, ਸਤਿਕਾਰ ਵੀ ਬਹੁਤ ਸੀ। ਦੇਖੋ, ਬਹੁਤ ਚਿਰ ਦੀ ਮੇਰੀ ਵੀ ਤਮੰਨਾ ਸੀ, ਕਿਉਂਕਿ ਤੁਸੀਂ ਚੱਜ ਦਾ ਵਿਚਾਰ ਇੱਕ ਐਸਾ ਪ੍ਰੋਗਰਾਮ ਆ ਜਿਹਨਾਂ ਜਿਸ ਪ੍ਰੋਗਰਾਮ ਨੇ ਕਈ ਲੋਕਾਂ ਨੂੰ ਜ਼ਿੰਦਗੀ ਬਖਸ਼ੀ ਹੈ, ਮੈਂ ਕਹਿੰਦਾ, ਕਿਉਂਕਿ ਜ਼ਿੰਦਗੀ ਬਖਸ਼ਣ ਦਾ ਮਤਲਬ ਹੈ ਵੀ ਇੱਕ ਡਿੱਗੇ ਬੰਦੇ ਨੂੰ ਖੜੇ ਕਰ ਦੇਣਾ ਅਤੇ ਉਹਨੂੰ ਕੋਈ ਬਾਹ ਫੜਨ ਵਾਲਾ ਮਿਲ ਜਾਣਾ। ਮੈਂ ਟਾਣਾ ਸਾਹਿਬ ਅਕਸਰ ਗੱਲ ਕਰਦਾ ਹੁੰਦਾ, ਜਿਵੇਂ ਤੁਸੀਂ ਬੀਬੇ ਨਾ ਵਜਾਉਣ ਵਾਲੇ ਦੀ ਇੰਟਰਵਿਊ ਕੀਤੀ, ਚਤਰ ਸਿੰਘ ਕੁਰਬਾਨੀ ਦੀ ਕੀਤੀ, ਕਿੰਨੇ ਹੋਰ ਇੱਦਾਂ ਦੇ ਆਰਟਿਸਟ ਨੇ, ਸਾਰੇ ਸਤਿਕਾਰਯੋਗ ਨੇ, ਇਹ ਨਹੀਂ ਵੀ ਡਿੱਗੇ ਹੋਏ ਨੇ, ਜਿਹਦੇ ਕੋਲ ਗਾਉਣਾ ਅਤੇ ਉਹ ਤਾਂ ਵੱਡਾ ਹੀ ਆ। ਬਿਲਕੁਲ। ਅਤੇ ਉਹ ਤੁਸੀਂ ਇਹ ਇੱਦਾਂ ਦਾ ਪ੍ਰੋਗਰਾਮ ਆ ਅਤੇ ਜਿਹੜਾ ਲੋਕਾਂ ਨੂੰ ਮਰੇ ਹਾਂ 'ਚ ਦੁਬਾਰਾ ਸਾਹ ਪਾ ਦਿੰਦਾ। ਸ਼ੁਕਰੀਆ। ਅਤੇ ਮੈਨੂੰ ਵੀ ਅੱਜ ਐਂ ਲੱਗਦਾ
ਵੀ ਮੇਰੇ ਦੇ ਵਿੱਚ ਵੀ ਮੇਰੇ ਜਿਹੜੇ ਸਾਹ ਸੀ ਹੋਰ ਵੱਧ ਗਏ, ਮੈਂ ਹੋਰ ਭੱਜਣ ਜੋਗਾ ਹੋ ਗਿਆ। ਤੁਸੀਂ ਤਾਂ ਬਹੁਤ ਸਤਿਕਾਰਯੋਗ ਆ ਤੁਹਾਡੇ, ਤੁਸੀਂ ਬਿਲਕੁਲ ਰਿਸ਼ਟ ਪੁਸ਼ਟ ਰਹੋ, ਤੁਸੀਂ ਚੜ੍ਹਦੀ ਕਲਾ ਚ ਰਹੋ, ਹਾਲੇ ਘੱਟੋ ਘੱਟ ਤੁਸੀਂ 30-35 ਸਾਲ ਹੋਰ ਗਾਓ ਤੇ ਇਸੇ ਰੰਗ ਰੂਪ ਵਾਲਾ ਗਾਓ, ਇਹਦੀ ਅਸੀਂ ਕਾਮਨਾ ਕਰਦੇ ਹਾਂ ਤੇ ਬਹੁਤ ਬਹੁਤ ਮੁਬਾਰਕਾਂ। ਤੁਹਾਡੇ ਪੁੱਤ ਨੇ ਵੀ ਬੜੀ ਵੱਡੀ ਮੱਲ ਮਾਰੀ ਹੈ। ਬਿਲਕੁਲ ਸਹੀ। हाँ देखो एक बहुत बड़ी खुशी की गल होंगी है, मैं कई मेरे टवेंज ने बेटी के बेटा एकमदीप ते चातप्रीत ते ऐतकी उन्होंने प्लस टू की सी ते ओ यूनिवर्सिटी ऑफ ब्रिटिश कोलंबिया वैनकूवर के उन्हों का दाखला है, बेटी का मैडिकल च, बेटी का इंजीनियरिंग के उत्थे दाखिल होना बहुत औखा है ते बड़ा टफ उन्हों का प्रोसीजर है ते मैं खुशी है क्योंकि मैं लिया चाहता इधर दोनों वधिया गा लेंदे ने, बेटे ने संगीत सीखा भी है ते पर मैं ये मैं पहला डिग्री की भी थोड़ी पहला लाइफ की एक सिक्योरिटी हो जाए, तुम भुखे ना मरो कम से कम आपके कमाने योग्य होवो तो बच्चों का मन च भी असं पहली एक चंगी सिक्ख्या लेनी है तो उन्होंने भी सोच सी चलो परमात्मा ने उन्हों की बह फड़ी है, उन्होंने मेरी शुभ इच्छावान ने हूँ जितने वो गए ने ਆਪਦੇ ਮਕਸਦ ਚ ਕਾਮਯਾਬ। ਬਿਲਕੁਲ, ਅਸਲੀ ਜ਼ਿੰਦਗੀ ਦੀ ਕਮਾਈ ਇਹ ਹੈ ਜਦੋਂ ਤੁਹਾਡੀ, ਮੈਂ ਇਹ ਜਦੋਂ ਆਪਾਂ ਹਰਮਨ ਜੀ ਕਿਸੇ ਖੇਤਰ ਨਾਲ ਜਾਂ ਕਿਸੇ ਸਟੇਜ ਤੇ ਆ ਕੇ ਜੇ ਚੀਜ਼ ਨਾਲ ਡੀਲ ਕਰਦੇ ਹਾਂ ਨਾ, ਉਹ ਆਪਾਂ ਉਸ ਚੀਜ਼ ਦੀ ਅਹਿਮੀਅਤ ਉਦੋਂ ਸਮਝਦੇ ਹਾਂ। ਆਪਾਂ ਕਈ ਵਾਰ ਹੁਣ ਜਿਵੇਂ ਨਾ ਮਾਂ ਬਾਪ ਨੇ ਕੋਈ ਚੀਜ਼, ਮੈਂ ਹਮੇਸ਼ਾ ਕਹਿੰਦਾ ਨਾ ਦੋ ਚੀਜ਼ਾਂ ਇਹ ਨੇ ਵੀ ਜਿਨ੍ਹਾਂ ਦੀ ਅਹਿਮੀਅਤ, ਇੱਕ ਚੀਜ਼ ਦੀ ਅਹਿਮੀਅਤ ਉਦੋਂ ਪਤਾ ਲੱਗਦੀ ਜਦੋਂ ਸਾਡੇ ਕੋਲ ਚਲੀ ਜਾਂਦੀ ਹੈ, ਇੱਕ ਚੀਜ਼ ਦੀ ਅਹਿਮੀਅਤ ਉਦੋਂ ਪਤਾ ਲੱਗਦੀ ਜਦੋਂ ਸਾਡੀ ਜ਼ਿੰਦਗੀ 'ਚ ਆਉਂਦੀ ਹੈ। ਮਾਂ ਬਾਪ ਉਹ ਚੀਜ਼ ਨੇ ਸ਼ਾਇਦ ਜਿਉਂਦੇ ਜੀ ਉਹਨਾਂ ਦੀ ਅਹਿਮੀਅਤ ਸਾਨੂੰ ਨਾ ਪਤਾ ਹੋਵੇ, ਜਦੋਂ ਸਾਡੀ ਜ਼ਿੰਦਗੀ 'ਚੋਂ ਚਲੇ ਜਾਂਦੇ ਨੇ ਉਦੋਂ ਪਤਾ ਲੱਗਦਾ ਇਹਨਾਂ ਦੀ ਕੀ ਅਹਿਮੀਅਤ ਸੀ। ਇਸ ਤਰ੍ਹਾਂ ਬੱਚੇ ਨੇ ਜਿੰਨੇ ਤਾਂ ਸਾਡੀ ਜ਼ਿੰਦਗੀ 'ਚ ਨਹੀਂ ਆਉਂਦੇ ਸ਼ਾਇਦ ਉਨੀ ਅਹਿਮੀਅਤ ਨਹੀਂ, ਪਰ ਜਦੋਂ ਆ ਜਾਂਦੇ ਮਤਲਬ ਇਹਦਾ ਬਹੁਤ ਵੱਡੀ ਅਹਿਮੀਅਤ ਸਾਡੀ ਜ਼ਿੰਦਗੀ 'ਚ, ਇਹਨਾਂ ਦੀ ਜ਼ਰੂਰਤ ਸੀ। ਜੀ ਬਿਲਕੁਲ ਸਹੀ। ਤੇ ਪਰਮਾਤਮਾ ਸਾਰਿਆਂ ਨੂੰ ਘਰਾਂ 'ਚ ਖੁਸ਼ੀਆਂ ਦੇਵੇ ਤੇ ਸਾਰਿਆਂ ਦੇ ਚੰਗੇ, ਕਿਉਂਕਿ ਜਿਸ ਕਹਿੰਦੇ ਇਨਸਾਨ ਦੇ ਔਲਾਦ ਚੰਗੀ ਹੈ ਨਾ ਉਹਦਾ ਆਉਣ ਵਾਲਾ ਸਮਾਂ ਚੰਗਾ। ਬਿਲਕੁਲ, ਉਹਦਾ ਸਭ ਕੁਛ ਹੀ ਚੰਗਾ। ਸੋ ਖੈਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਦੁਬਾਰਾ ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ। ਫਿਲਹਾਲ ਅਸੀਂ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਤੇ ਨਾਮ ਦੇ ਇਜਾਜ਼ਤ। ਸਤਿ ਸ੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਦੀ ਹਾਜ਼ਰ ਹੈ ਜੱਜ ਦਾ ਵਿਚਾਰ।